ਸਾਤਰੀય ਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਗਏ ਸਿਆਸੀ ਮਾਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ ਸ਼ੁਕਰੀਆ ਸਭ ਤੋਂ ਪਹਿਲਾਂ ਜਿਹੜੀ ਖਬਰ ਹੈ ਪ੍ਰੋਫੈਸਰ ਸਾਹਿਬ ਉਹ ਦਿੱਲੀ ਮਾਡਲ ਦੇ ਨਾਲ ਜੁੜੀ ਹੈ ਜਿਹੜੇ ਦਿੱਲੀ ਮਾਡਲ ਦੀ ਚਰਚਾ ਪੂਰੇ ਦੇਸ਼ ਵਿੱਚ ਕਰਦੇ ਨੇ ਪੰਜਾਬ ਦੇ ਵਿੱਚ ਕਰਕੇ ਸਰਕਾਰ ਬਣਾ ਲਈ ਤੇ ਹੁਣ ਉੱਥੇ ਕਹਿੰਦੇ ਇੱਕ ਨਵਾਂ ਹੁਕਮ ਜਾਰੀ ਕੀਤਾ ਕਿ ਬਿਜਲੀ ਜਿਹੜੀ ਮੁਫਤ ਬਿਜਲੀ ਉੱਤੇ ਦਿੱਤੀ ਜਾਂਦੀ ਸੀ ਉਹ ਆਪਸ਼ਨਲ ਕਰ ਦਿੱਤੀ ਹੈ। ਇਹਦੀ ਚਰਚਾ ਪੰਜਾਬ 'ਚ ਛੇੜਨੀ ਲਾਜ਼ਮੀ ਹੈ ਕਿਉਂਕਿ ਹਲੇ ਤੱਕ ਜਿਹੜਾ 6 ਤੋਂ ਯੂਨਟ ਦੇਣੀ ਹੈ ਉਹ ਜੁਲਾਈ ਤੋਂ ਸ਼ੁਰੂ ਹੋਣੀ ਆ ਪਰ ਪਹਿਲਾਂ ਜੇ ਇਸ ਤਰ੍ਹਾਂ ਦਾ ਪ੍ਰਮਾਣ ਕੋਈ ਦਿੱਲੀੋਂ ਸਾਹਮਣੇ ਆਉਂਦਾ ਹੈ ਤਾਂ ਉਹਦੇ ਅੰਦਾਜ਼ਾ ਲੱਗ ਜਾਂਦਾ ਹੈ ਕਿ ਉਹਦਾ ਮਾਡਲ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੀ ਪਰਖਿਆ ਜਾਣਾ ਤੇ ਲੋਕ ਐਨੇ ਤਾਂ ਉਹ ਹੈ ਨਹੀਂ ਕਿ ਮੁਫਤ ਬਿਜਲੀ ਨੂੰ ਛੱਡ ਦੇਣ ਜੇ ਤੁਸੀਂ ਆਪਸ਼ਨਲ ਕਰ ਰਹੇ ਹੋ ਤਾਂ ਇਹਦੇ ਪਿੱਛੇ ਦੀ ਮਨਸ਼ਾ ਜਿਹੜੀ ਹੈ ਉਹ ਕੀ ਹੋ ਸਕਦੀ ਹੈ? ਨੇ ਬੜੀ ਸਾਫ਼ ਗੱਲ ਆ ਕਿ ਵੋਟਾਂ ਜਦੋਂ ਲੈਣੀਆਂ ਤੇ ਉਦੋਂ ਤੇ ਗਰੀਬ ਨੇ ਵੀ ਪਾਉਣੀਆਂ ਤੇ ਅਮੀਰ ਨੇ ਵੀ ਪਾਉਣੀਆਂ ਤੇ ਵੋਟਾਂ ਤੇ ਸਾਰਿਆਂ ਦੀਆਂ ਚਾਹੀਦੀਆਂ ਪ੍ਰਪਗੈਂਡਾ ਤੇ ਤਾਂ ਹੀ ਬਣਦਾ ਨਾ ਵੋਟਾਂ ਵਾਲਾ ਮਸਾਲਾ ਤੇ ਤਾਂ ਹੀ ਬਣਦਾ ਬਾਕੀ ਜਿਹੜੀ ਉੱਥੇ ਨਾ ਕਰ ਰਹੇ ਆ ਕਿ ਹੁਣ ਉਹ ਬੰਦਿਆਂ ਨੂੰ ਮਿਲੂਗੀ ਜਿਹੜਾ ਕਹੂਗਾ ਕਿ ਮੈਨੂੰ ਦੇ ਦਿਓ ਜਿਹੜਾ ਠੂਠਾ ਫੜ ਕੇ ਜਾਊਗਾ ਓਂ ਕਰਕੇ ਕਿ ਭੀਖ ਦੇ ਦਿਓ ਉਹਨੂੰ ਮਿਲ ਜੂਗੀ ਤੇ ਉਹ ਮੁਫਤ ਖੁਰਾਬੀ ਸਰਕਾਰ ਦੀ ਅੱਖ ਦੇ ਵਿੱਚ ਸਮਾਜ ਦੀ ਅੱਖ ਦੇ ਵਿੱਚ ਨਜ਼ਰ ਆਊਗਾ ਦੇਖੋ ਜੀ ਗਿਆ ਸੀ 200 ਜੂਨਟ ਮੰਗਣੇ ਮਰਿਆ ਪਿਆ ਇੰਨੇ ਵੀ ਨਹੀਂ ਦੇ ਸਕਦੇ ਜਿਹੜੇ ਗਰੀਬ ਆ ਉਹ ਤੇ ਵਿਚਾਰੇ ਦੇਣਗੇ ਜਿਨ੍ਹਾਂ ਦੇ ਦੋ ਡੰਗ ਰੋਟੀ ਵੀ ਨਹੀਂ ਚੱਲਦੀ ਉਹਨਾਂ ਕੋਲ ਉਹਦੇ ਕਾਹਦੇ ਵੀ ਦਸਕਤ ਕਰਾ ਲਓ ਉਹਨਾਂ ਦਾ ਖੇੜਾ ਕੁਝ ਕੁਝ ਜ਼ਬਤ ਕਰ ਲੈਣਾ ਜਾਂ ਤੁਸੀਂ ਕੁਰਕੀ ਕਰ ਲੈਣੀ ਹੈ ਜਾਂ ਨੌਕਰੀਆਂ ਕੱਢ ਦੇਣਾ ਉਹ ਤੇ ਛੜਕਦੇ ਸੰਭਦੇ ਆ ਜੰ ਬਹੁਤ ਹੀ ਮਤਲਬ ਝੁੱਗੀ ਝੌਂਪੜੀ ਵਾਲੇ ਜਿਹੜੇ ਆ ਉਹ ਤੇ ਫੱਟ ਦੇ ਨਹੀਂ ਲਿਖ ਦੇਣਗੇ ਜਿੱਥੇ ਮਰਜੀ ਲਿਖਾ ਲਓ ਸਟੈਂਪ ਪੇਪਰ ਤੇ ਲਿਖਾਉਣਾ ਕੱਚੇ ਤੇ ਲਗਾਉਣਾ ਕਾਗਜ਼ ਤੇ ਕਾਏ ਤੇ ਲਿਖਾ ਲਓ ਜਿਹੜੀ ਮਿਡਲ ਕਲਾਸ ਆ ਪਰ ਮਿਡਲ ਕਲਾਸ ਆ ਉਹਨਾਂ ਚੋਂ ਕਈ ਤੇ ਛੁੱਪੇ ਛੁੱਪੇ ਕਹਿ ਕੇ ਜਿੱਤਨਾ ਵੀ ਪਤਾ ਵੀ ਨਾ ਲੱਗੇ ਕਿ ਅਸੀਂ 200 ਯੂਨਿਟ ਮੁਫਤ ਲੈ ਰਹੇ ਆ ਪਰ ਸਾਡੀ ਗੱਲ 200 ਯੂਨਿਟ ਮਿਲ ਵੀ ਜਾਏ ਜਿਹੜੇ ਹਣ ਤਗੜੇ ਤਗੜੇ ਘਾਰ ਹੋ ਗਣਗੇ ਛੱਡੋ ਭਰਾ ਯਾਰ ਕਿਹੜਾ ਬੇਇੱਜ਼ਤੀ ਕਰਾਵੇ ਇਹ ਕੰਮ ਚੱਲ ਪਿਆ ਹੁਣ ਮੈਂ ਇਹ ਜਿਹੜਾ ਦਿੱਲੀ ਮਾਡਲ ਰਿਵਾਈਜ਼ ਹੋਇਆ ਦਿੱਲੀ ਮਾਡਲ ਦਿੱਲੀ ਮਾਡਲ ਹੀ ਚੱਲਿਆ ਨਾ ਉੱਥੇ ਤਾਂ ਹਵਾ ਨਿਕਲ ਗਈ ਉਹਦੀ ਮਾਡਲ ਦੀ ਹਵਾ ਇਸ ਕਰਕੇ ਨਿਕਲੀ ਬਿਜਲੀ ਮਿਲ ਹੀ ਨਹੀਂ ਰਹੀ ਬਿਜਲੀ ਮਿਲਣੀ ਹੈ ਤੇ ਮਹਿੰਗੀ ਬੜੀ ਹੈ ਔਰ ਸਭ ਤੋਂ ਵੱਧ ਜਿਹੜੀ ਪਰ ਹੈਡ ਬਿਜਲੀ ਦਾ ਖਰਚਾ ਵੀ ਮਿੰਨ ਤੇ ਲੱਗਦਾ ਦਿੱਲੀ ਤੋਂ ਜ਼ਿਆਦਾ ਕਿਤੇ ਹੈ ਹੀ ਸਭ ਤੋਂ ਪਹਿਲਾਂ ਉਹੀ ਖਾਂਦੀ ਹੈ ਬਿਜਲੀ ਸਭ ਤੋਂ ਜ਼ਿਆਦਾ ਹੁਣ ਅਗਲਾ ਇਹਦਾ ਰੈਪਰਕੈਸ਼ਨ ਪੰਜਾਬ ਮਾਡਲ ਤੇ ਕੀ ਹੋਊਗਾ ਜਿਹੜਾ ਦਿੱਲੀ ਦਾ ਮਾਡਲ ਇੱਥੇ ਆਉਣਾ ਹੁਣੇ ਮੇਰੀ ਗੱਲ ਨੂੰ ਯਾਦ ਕਰ ਲਿਓ ਲਿਖ ਲਿਓ ਕਿਤੇ ਜਾਂ ਮੇਰੇ ਬਾਕੀ ਸੱਜਣ ਵੀਰ ਵੀ ਜਿਹੜੇ ਸੁਣ ਰਹੇ ਆ ਚੇਤੇ ਰੱਖਣ ਇਹ ਆ ਕੇ ਕਹਿਣਗੇ ਕਿ ਆ ਜਿਹੜਾ 1000 ਰੁਪਇਆ ਮਹੀਨਾ ਆ ਜਿਹੜਾ ਵੀ ਚਾਹੁੰਦਾ ਸੀ ਉਹਨੂੰ ਹੀ ਦੇ ਦਿਆ ਜਿਹੜੀ ਔਰਤ ਚਾਹੁੰਦੀ ਉਹਨੂੰ ਦੇ ਦੇ ਆਗੇ ਪਰ ਹਾਰਸੇ ਮ੍ਰਿਤਕ ਹੋਰ ਬਾਦਲ ਤੇ ਨਹੀਂ ਜਾਊਗੀ ਜੀ ਕਿਤੇ ਪਤਾ ਲੱਗ ਗਿਆ ਉਹਨੂੰ ਕਹਿਣਗੇ ਚਾਹਣਗੇ ਤੇ ਲਿਓ ਵੀ ਉਹ ਵੀ ਲਿਖ ਕੇ ਦੇਵੇ ਫਿਰ ਫਿਰ ਅਸੈਂਬਲੀ 'ਚ ਵੀ ਸਵਾਲ ਖੜਾ ਕਰ ਲਓ ਜੀ ਆਗੇ ਭੀਖ ਮੰਗੇ ਆਗੇ ਭੁਖੜ ਇਹ ਪੈਸੇ ਨਹੀਂ ਦੇ ਸਕਦੇ ਇਹਨਾਂ ਨੂੰ 1000 ਰੁਪਏ ਦੇਓ ਪਰ ਇਹ ਅਨ ਪ੍ਰਿੰਸੀਪਲ ਡਗਾਲਿਆ ਜਦੋਂ ਤੁਸੀਂ ਵਾਦਾ ਕੀਤਾ ਗਰੰਟੀ ਦਿੱਤੀ ਹੈ ਤੇ ਤੁਸੀਂ ਇਹ ਥੋੜੀ ਵੀ ਤੋ ਕਿਹਾ ਸੀ ਕਿ ਅਸੀਂ ਇਹਨੂੰ ਦੇਾਂਗੇ ਇਹਨੂੰ ਨਹੀਂ ਦੇਾਂਗੇ ਇਹ ਗੱਲ ਦਾ ਅਕਾਲੀ ਦਲ ਨੇ ਵਖਰੇਵਾ ਜਰੂਰ ਪਾਇਆ ਸੀ ਆਪਣੇ ਮੈਨੀਫੈਸਟੋ ਚ ਉਹ ਇਹਨਾਂ ਨੇ ਕਿਹਾ ਸੀ ਬੇਸੀ ਟਾਰਗੇਟਡ ਲੋੜਵੰਦ ਲੋਕਾਂ ਨੂੰ ਦੇਾਂਗੇ ਤੇ ਜ਼ਿਆਦਾ ਵੀ ਦੇਾਂਗੇ ਇੰਨਾ ਨਾਲੋਂ ਜ਼ਿਆਦਾ ਵੀ ਦਿਆਂਗੇ ਪਰ ਲੋੜ ਬੰਦ ਨੂੰ ਦਿਆਂਗੇ ਇਹਨਾਂ ਨੇ ਹਰ ਕਿਸੇ ਦੀ ਵੋਟ ਲੈਣੀ ਸੀਗੀ ਸਾਰੀਆਂ ਬੀਬੀਆਂ ਨੂੰ ਖੋਜ ਕਰਨਾ ਸੀਗਾ ਤੇ 18 ਸਾਲ ਤੋਂ ਉੱਪਰ ਵਾਲੀਆਂ ਨੂੰ ਕਰਨਾ ਸੀ ਥੱਲੇ ਵਾਲਿਆਂ ਨੂੰ ਨਹੀਂ ਜਿਨ੍ਹਾਂ ਨੇ ਪੜਨਾ ਪੜਾਉਣਾ ਕਿ ਤਕੜੀਆਂ ਹੋਣ ਜਿਹੜਾ ਨੌਕਰੀਆਂ ਲੱਗਣ ਕੁਝ ਉਹਨਾਂ ਦੀ ਸਾਰਾ ਕੁਝ ਸਭਿਆਚਾਰਕ ਤੌਰ ਤੇ ਸਮਾਜਿਕ ਤੌਰ ਤੇ ਉਹ ਇੱਜ਼ਤਮਾਨ ਦਾ ਨਾਲ ਉੱਠ ਕੇ ਜੇ ਪੜ ਲਿਖ ਜਾਊਗਾ ਤੇ ਚਾਰ ਗੱਲਾਂ ਸੁਣੂਗਾ ਚਾਰ ਗੱਲਾਂ ਸੜਾਊਗਾ ਦਬਦਾਨੀ ਚਿੱਪ ਚਿੱਤੀ ਪੜਿਆ ਲਿਖਿਆ ਬੰਦਾ ਉਹ ਨਹੀਂ ਕੀਤਾ ਵੋਟਾਂ ਲੈਣ ਲਈ ਵੱਡੀ ਦੇਣ ਦਾ ਸਿੱਧਾ ਸਿੱਧਾ ਇੰਤਜ਼ਾਮ ਕਰਦਾ ਹੁਣ ਉਹ ਸਰਕੂਲਰ ਕਿਸੇ ਵੀ ਵੇਲੇ ਆਇਆ ਲਾਓ ਦਿੱਲੀ ਦੀ ਤਰਜ਼ ਤੇ ਮਾਡਲ ਅੱਗ ਹੋਊਗਾ ਇੱਥੇ ਉਹ ਇਹ ਕਹਿਣਗੇ ਵੀ ਇਹ ਦੱਸੋ ਕਿੰਨੇ ਕਿੰਨੇ ਚਾਹੀਦਾ 1000 ਰੁਪਿਆ ਵੀ ਆ ਜਾਓ ਮੇਰੇ ਕੋਲ ਅੱਗੇ ਆਓ ਸਾਰਿਆਂ ਦੇ ਸਾਹਮਣੇ ਖੜੇ ਹੋ ਕੇ ਦੱਸੋ ਹੱਥ ਕੜਾ ਕਰੋ ਕਿਹੜਾ ਉਥੇ ਆਪਣਾ ਇੱਜ਼ਤ ਲਵਾਵੇ ਹਾਂ ਉਹ ਜਿਹੜੇ ਲੋਕ ਹੈਗੇ ਆ ਜਿਨ੍ਹਾਂ ਦਾ ਵਾਕਿਆ ਹੀ 올ਡ এজ ਪੈਨਸ਼ਨ ਤੇ ਚੱਲਦਾ ਜਾਂ ਜਿੰਨਾਂ ਦਾ ਗਰੀਬ ਹੈਗੇ ਬਿਲਕੁਲ ਜਿਨ੍ਹਾਂ ਨੂੰ ਪਹਿਲਾਂ ਹੀ ਸਮਾਜ ਨੇ ਦਰਕਾਰ ਆ ਆ ਉਹਨਾਂ ਦਾ ਜਿੰਨਾਂ ਦਾ ਕੋਈ ਵਾਲੀ ਵਾਰਸ ਨਹੀਂ ਤੁਸੀਂ ਇੰਜ ਕਹ ਲਓ ਜਿਨ੍ਹਾਂ ਨੂੰ ਅਜੇ ਵੀ ਆਜ਼ਾਦੀ ਦੀ ਕਿਸੇ ਕਿਸਮ ਦੀ ਲੋ ਨਹੀਂ ਲੱਗੀ ਉਹ ਜ਼ਰੂਰ ਕਹਿਣਗੇ ਕਿ ਦੇ ਦਿਓ ਭਾਈ ਫਿਰ ਫਿਰ ਕੀ ਆ ਮੁਫਤ ਦੀ ਆ ਦੇ ਦਿਓ ਉਸ ਕਿਸਮ ਦਾ ਵਖਰੇਵਾ ਪਾ ਕੇ ਤੇ ਹਜ਼ਾਰ ਹਜ਼ਾਰ ਰੁਪਏ ਦੇ ਵਿੱਚੋਂ ਵੀ ਜਿਹੜਾ 12 ਕ 1000 ਕਰੋੜ ਰੁਪਏ ਦਾ 13000 ਕਰੋੜ ਰੁਪਏ ਦਾ ਹੀ ਬਜਟ ਬਣਾਉਨੇ ਆ ਮੈਨੂੰ ਤੇ ਲੱਗਦਾ ਘੱਟੋ-ਘੱਟ 6000 ਕਰੋੜ ਤੇ ਲਿਆ ਆਉਣਗੀ ਪਰ 6000 ਕਰੋੜ ਵੀ ਹਰ ਸਾਲ ਦੇਣਾ ਪੰਜਾਬ ਵਰਗੀ ਬੁਰੀ ਹਾਲਤ ਵਿੱਚ ਕਾਫੀ ਚੁਣੌਤੀਪੂਰਵਕ ਆ ਉਹਦੇ 'ਚ ਹੋਰ ਕਿਹੜੇ ਵਿੰਗੇ ਟੇਡੇ ਢੰਗ ਨਾਲ ਕੋਈ ਕੱਟ ਲਾਇਆ ਜਾ ਸਕਦਾ 500 ਹੁਣ ਲੈ ਲਓ 500 ਅਗਲੇ ਸਾਲ ਲੈ ਲਿਓ ਕੋਈ ਇਹੋ ਜਿਹਾ ਕੱਟ ਲਾ ਕੇ 3000 ਕਰੋੜ ਤੇ ਆ ਸਕਦੇ ਆ ਜਾਂ ਗਾਂ ਤੁਹਾਡੇ ਨਿਆਣੇ ਲਈ ਜਮ੍ਹਾਂ ਕਰਾ ਹਾਤਾ ਜੀ ਤੁਹਾਡੀ ਸਕੀਮ ਬਣਾਤੀ ਬਹੁਤ ਤਖੜੀ 500 ਰੁਪਇਆ ਨਗਦ ਲਓ ਹਰ ਮਹੀਨੇ 500 ਰੁਪਿਆ ਤੁਹਾਡਾ ਜਿਹੜਾ ਗਾਂ ਬੱਚਾ ਹੋਊਗਾ ਉਹਦੀ ਅਸੀਂ ਫੀਸਾਂ ਫੂਸਾਂ ਨਹੀਂ ਹੋਰ ਕਦੇ ਉਹਨੂੰ ਵਜੀਫਾ ਮਿਲਿਆ ਕਰੂ ਇਹੋ ਜੀ ਕੋਈ ਗੱਲ ਕੱਢੂਗੇ ਕੇਜਰੀਵਾਲ ਆ ਕੋਈ ਛੋਟੀ ਚੀਜ਼ ਥੋੜੀ ਐ ਵੱਡੇ ਪਲੈਨਰ ਹੈਗੇ ਵੱਡਾ ਦਿਮਾਗ ਹੈਗਾ ਪੀਕੇ ਨਾਲ ਮੁਕਾਬਲਾ ਪਸੋਂ ਤੋਂ ਕੋਈ ਪ੍ਰਸ਼ਾਂਤ ਕਿਸ਼ੋਰ ਨਾਲ ਕੋਈ ਛੋਟੀ ਗੱਲ ਨਹੀਂ ਹੈਗੀ ਤੇ ਦੋਵੇਂ ਇੱਕ ਦੂਜੇ ਦੇ ਕਾਫੀ ਨੇੜੇ ਆ ਸਟਰੈਟਜਿਸਟ ਦੇ ਤੌਰ ਤੇ ਕੋਈ ਤਰੀਕਾ ਕੱਢ ਲੈਣਗੇ ਪਰ ਉਹਦਾ ਰੈਪਰਕੇਸ਼ਨ ਮੈਂ ਇਹੀ ਸਮਝਦਾ ਪੰਜਾਬ ਦੇ ਵਿੱਚ ਹੁਣ ਤੁਸੀਂ ਕਹੋ ਕਿ ਬਿਜਲੀ ਦਾ ਕੀ ਚੱਲੂ ਅਜੇ ਤੇ ਆਪਾਂ ਨਾ ਹੀ ਡਿਸਕਸ ਕਰ ਗਏ ਤੇ ਚੰਗਾ ਅਜੇ ਤੇ ਵੈਸੇ ਹੀ ਅਕਾਲੀ ਦਾਲ ਨੇ ਪੱਖੀਆਂ ਦਾ ਢੇਰ ਲਾਇਆ ਹੋਇਆ ਸੀ ਜਿਹੜੀਆਂ ਹੱਥ ਵਾਲੀਆਂ ਹੁੰਦੀਆਂ ਤੇ ਵੀ ਉਹ ਲੈ ਜੋ ਜਿਹਨੇ ਚੁੱਕਣੀਆਂ ਅਸੀਂ ਤੇ ਇਹੋ ਹੀ ਸੇਵਾ ਕਰ ਸਕਦੇ ਹਾਂ ਪੱਖੀਆਂ ਦਾ ਲੰਗਰ ਲਾਇਆ ਕਿਤੇ ਦੇਖ ਰਹੇ ਅਸੀਂ ਜੀ ਹੁਣ ਤੇ ਸ਼ੁਕਰ ਆ ਜੇ ਕੋਈ ਬਿਜਲੀ ਮਿਲ ਜਾਏ ਆ ਦੋ ਦਿਨ ਰਾਤ ਮਿਲੀ ਆ ਤਿੰਨ ਤੀਜੇ ਦਿਨ ਤੋਂ ਬਾਅਦ ਫੇਰ 12 ਚੜਨਾ ਤੇ 42 ਡਿਗਰੀ ਤੇ ਇੱਥੇ ਹੋ ਜਾਣਾ ਉਦੋਂ ਗਾ 45 46 47 ਤੁਰਿਆ ਹੀ ਜਾਣਾ ਪੂਰਾ ਮਈ ਦੇ ਮਹੀਨੇ ਤਾਂ ਨੂੰ ਜਾੜਾ ਏ ਓਵੇਂ ਓਵੇਂ ਬਿਜਲੀ ਦੀ ਲੋਡ ਵਧਣੀ ਆ ਅੱਜ ਦੇ ਅੰਕੜੇ ਜੋ ਆਇਆ ਪਿਛਲੀ ਵਾਰੀ ਪੀਕ ਪੀਰੀਅਡ ਤੇ 15000 ਮੈਗਾਵਾਟ ਡੇਲੀ ਲੋਡ ਸੀਗੀ ਇਸ ਵਾਰੀ 16000 ਮੈਗਾਵਾਟ ਹੋਊਗੀ ਤੇ ਦੇਖੋ ਨੱਕ ਥਾੜੀ ਧੂਆਂ ਦੇ ਨਿਕਲ ਜੂਗਾ ਹੁਣ ਦੇਖਦੇ ਆ ਲੋਕਾਂ ਦੇ ਨੱਕਾ ਥਾਣੀ ਧੂਆ ਨਿਕਲਦਾ ਜਾਂ ਭਗਵੰਤ ਮਾਨ ਦੇ ਨੱਕਾ ਥਾਣੀ ਨਿਕਲਦਾ ਜਾਂ ਕੇਜਰੀਵਾਲ ਛੁੱਪ ਛੁੱਪ ਕੇ ਆਪਣਾ ਨੱਕਾ ਥਾਣੀ ਧੂਆ ਕੱਢਦਾ ਨਿਕਲੂ ਜ਼ਰੂਰ ਕਿਸੇ ਨਾ ਕਿਸੇ ਦਾ ਹਾਂਜੀ ਪ੍ਰੋਫੈਸਰ ਸਾਹਿਬ ਗੱਲ ਜੇ ਹੁਣ ਪੰਜਾਬ ਦੀ ਅੱਗੇ ਤੁਰਦੀ ਆ ਤੇ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਅੱਜ ਦਾ ਲੈਕਚਰ ਸੁਣ ਰਿਹਾ ਸੀ ਉਹ ਕਹਿੰਦੇ ਕਿ ਸੂਰਜ ਮੁਖੀ ਦੀ ਫਸਲ ਤੋਂ ਸਾਨੂੰ ਸਿੱਖਣਾ ਚਾਹੀਦਾ ਜੇ ਸੂਰਜ ਆ ਜਾਏ ਤੇ ਉਧਰ ਨੂੰ ਮੂੰਹ ਕਰ ਲੈਂਦੇ ਨੇ ਤੇ ਜੇ ਸੂਰਜ ਡੁੱਬ ਜਾਂਦਾ ਹਨੇਰਾ ਹੋ ਜਾਂਦਾ ਤੇ ਉਹ ਇੱਕ ਦੂਜੇ ਵੱਲ ਮੂੰਹ ਕਰਕੇ ਬਹਿ ਜਾਂਦੇ ਨੇ ਮਤਲਬ ਉਹ ਕਹਿੰਦੇ ਲੋਕਾਂ ਤੋਂ ਸਮੇਂ ਦੀ ਆਸ ਉਮੀਦ ਕਰਦੇ ਨੇ ਕਿ ਅਸੀਂ ਕਹਿੰਦੇ ਬਹੁਤ ਕੁਝ ਕਰਦਾ ਸੂਰਜ ਚੜਿਆ ਪੰਜਾਬ ਦੇ ਵਿੱਚ ਨਵਾਂ ਇਸ ਕਰਕੇ ਇਸ ਪਾਸੇ ਵੱਲ ਧਿਆਨ ਦਿਓ ਤੇ ਇਸੇ ਸੰਦਰਭ ਚ ਨਾਲ ਮੈਂ ਇਹ ਵੀ ਕਿਹਾ ਕਿ ਇੱਕ ਨਵਾਂ ਹੁਕਮ ਜਿਹੜਾ ਜਾਰੀ ਕੀਤਾ ਹੈ ਕਿ ਪੰਜਾਬ ਦੇ ਜਿੰਨੇ ਸਰਕਾਰੀ ਸਕੂਲ ਨੇ ਉਹ ਡਬਲ ਸ਼ਿਫਟਾਂ ਦੇ ਵਿੱਚ ਚੱਲਣਗੇ ਇੱਕ ਇਹਨਾਂ ਨੇ ਪਿਛਲੇ ਦਿਨ ਕਿਹਾ ਸੀ ਕਿ ਆ 7 ਮਈ ਨੂੰ ਕੱਲ ਨੂੰ ਜਿਹੜੀ ਇਹਨਾਂ ਨੇ ਮੀਟਿੰਗ ਸੱਦੀ ਆ ਕਿ ਸਾਰੇ ਸਕੂਲ ਮੁਖੀ ਜਿਹੜੇ ਇਕੱਠੇ ਹੋ ਜਾਣ ਉਹਦਾ ਵੀ ਵਿਰੋਧ ਹੋ ਰਿਹਾ ਕਾਫੀ ਕਿ ਇਕੱਠੇ ਕਰਨ ਦੀ ਕੀ ਲੋੜ ਹੈ ਤੁਸੀਂ ਹਜ਼ਾਰਾਂ ਨੂੰ ਇਕੱਠੇ ਕਰਕੇ ਉੱਥੇ ਕਹਿਣਾ ਕੀ ਹੈ ਜੋ ਕਹਿਣਾ ਉਹ ਤੁਸੀਂ ਹੁਕਮ ਜਾਰੀ ਕਰਦੇ ਹੋ ਤੇ ਉਹਨੂੰ ਲਾਗੂ ਹੋ ਜਾਏਗਾ ਉਹ ਉੱਥੇ ਕੀ ਹੋਣਾ ਹੈ ਇਹੋ ਜਿਹਾ ਦੇਖੋ ਜਿੱਥੋਂ ਬੇਬਿਆ ਦਾ ਮਾਮਲਾ ਉਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਉਹਨੂੰ ਬਹੁਤ ਸੂਝ ਸਮਝ ਕੇ ਹੱਥ ਪਾਣਾ ਚਾਹੀਦਾ ਹੈ ਇੱਕ ਤੇ ਸਾਡੇ ਜਿਹੜੇ ਟੀਚਰ ਆ ਕਾਫੀ ਆਰਗੇਨਾਈਜ਼ਡ ਹੈਗੇ ਆ ਟ੍ਰੀਡ ਯੂਨੀਅਨਾਂ ਬਹੁਤ ਤਕੜੀਆਂ ਹੈਗੀਆਂ ਉਹ ਵੀ ਖਾਟ ਖੜੀ ਬੜੀ ਛੇਤੀ ਕਰਦੇ ਆ ਕੋਈ ਵੀ ਸਰਕਾਰ ਹੋਵੇ ਇਸ ਲਈ ਪਹਿਲਾਂ ਤੇ ਕੋਈ ਵੀ ਜੇ ਤਬਦੀਲੀ ਕਰਨੀ ਆ ਤੇ ਟੀਚਰ ਯੂਨੀਅਨਾਂ ਨਾਲ ਸਲਾਹ ਕੀਤੇ ਬਗੈਰ ਉਹਨਾਂ ਨੂੰ ਕੌਨਫੀਡੈਂਸ ਚ ਲੈ ਤੇ ਬਗੈਰ ਨਹੀਂ ਕਰਨਾ ਚਾਹੀਦਾ ਤੁਸੀਂ ਜੇ ਤੁਹਾਡੀ ਇੰਨੀ ਗੱਲ ਚੰਗੀ ਆ ਉਹ ਇਹੋ ਜੇ ਨਹੀਂ ਹੈ ਕਿ ਬਿਲਕੁਲ ਤੁਹਾਡੀ ਗੱਲ ਦੇ ਉੱਤੇ ਕੀੜੀ ਅੰਗ ਫੇਰੀ ਜਾਣਗੇ ਜਾਨੀ ਨਾ ਕਰੀ ਜਾਣਗੇ ਕੁਝ ਤੇ ਜਵਾਬ ਦੇਣਾ ਉਹ ਆਫਟਰ ਆਲ ਉਹ ਵੀ ਜ਼ਿੰਮੇਵਾਰ ਲੀਡਰ ਹੈਗੇ ਆ ਪਰ ਉਹ ਮੋਦੀ ਵਾਲੀ ਗੱਲ ਨਾ ਹੋਵੇ ਮਗਰੋਂ ਫਿਰ ਮੂੰਹ ਦੀ ਖਾਣੀ ਪਵੇ ਤਿੰਨ ਕਾਲੇ ਕਾਨੂੰਨਾ ਵਾਂਗੂ ਦੂਜੀ ਗੱਲ ਇਹਨਾਂ ਕਿ ਮੈਂ ਕਰੈਕਟ ਕਰ ਦਿਆਂ ਜੇ ਤੁਹਾਡੇ ਮਨ 'ਚ ਥੋੜਾ ਭਲੇਖਾ ਹੋਵੇ ਉਹ ਮੈਂ ਸਾਰਾ ਨੋਟਿਸ ਪੜ੍ਹਿਆ ਉਹਦੇ 'ਚ ਸਾਰਿਆਂ ਨੂੰ ਨਹੀਂ ਕਿਹਾ ਗਿਆ ਉਹਦੇ ਚੌਥੇ ਕਿਹਾ ਗਿਆ ਕਿ ਜਿੱਥੇ ਬੱਚੇ ਜ਼ਿਆਦਾ ਤੇ ਬਿਲਡਿੰਗ ਛੋਟੀ ਆ ਤੇ ਤਕਲੀਫ ਹੋ ਰਹੀ ਆ ਬੱਚਿਆਂ ਨੂੰ ਸਾਰੀ ਜਗ੍ਹਾ ਅਕਮੋਡੇਟ ਨਹੀਂ ਹੋ ਰੇ ਉਹਨਾਂ ਉਹਨਾਂ ਸਕੂਲਾਂ ਦੇ ਵਿੱਚ ਉਹ ਫਿਰ ਡਬਲ ਸ਼ਿਫਟ ਕਰ ਲੈਣ ਉਹਦਾ ਟਾਈਮ ਟੇਬਲ ਵੀ ਦੇ ਦਿੱਤਾ ਹੁਣ ਪਹਿਲੀ ਤੇ ਗੱਲ ਇਹ ਹੀ ਆ ਕਿ ਤੁਸੀਂ ਇਧਰ ਨੂੰ ਜਾਣ ਦੀ ਜਗ੍ਹਾ ਨਾਲੋਂ ਨਾਲ ਇਹ ਵੀ ਆਪਣੇ ਜਿਹੜਾ ਨਾ ਅਗਲਾ ਇਸ਼ਤਿਹਾਰ ਆਊਗਾ ਇਹ 10 ਦਿਨ ਵੀ ਕਿੰਨੇ ਇਹੋ ਜਿਹੇ ਸਕੂਲ ਹੈਗੇ ਆ ਜਿੱਥੇ ਡਬਲ ਸ਼ਿਫਟ ਦੀ ਲੋੜ ਹੈ ਪਹਿਲਾਂ ਵੀ ਇਹ ਗੱਲ ਦੱਸਣੀ ਚਾਹੀਦੀ ਆ ਤੁਸੀਂ ਸਾਰੇ ਪੰਜਾਬ ਦੇ ਟੀਚਰਾਂ ਦਾ ਟੜਾਕਾ ਕੱਢ ਦੋਗੇ ਉਹਨਾਂ ਦੇ ਮਾਪੇ ਸੋਚੀ ਜਾਣਗੇ ਮੈਂ ਮੁੰਡਾ ਸਵੇਰੇ ਭੇਜਣਾ ਕੁੜੀ ਨੂੰ ਸਵੇਰੇ ਭੇਜਣਾ ਕਿ ਸ਼ਾਮੀ ਭੇਜਣਾ ਇਹ ਸਾਰੇ ਇੱਕ ਚਰਚਾ ਚੱਲ ਪੂਗੀ ਕੁਛ ਆਪਣੇ ਡਾਇਰੈਕਟੋਰੇਟ ਦੇ ਰਾਹੀਂ ਜਾਂ ਜਿਹੜਾ ਵੀ ਤੁਹਾਡਾ ਬੋਰਡ ਹੈਗਾ ਜਾਂ ਜਿਹੜਾ ਐਜੂਕੇਸ਼ਨ ਸੈਕਟਰੀ ਹੈ ਉਹਦੇ ਰਾਹੀਂ ਜਿੰਨੇ ਵੀ ਸਕੂਲ ਉਹਦੀ ਲਿਸਟ ਦਾ ਪਤਾ ਲਾਓ ਕੌਣ ਜ਼ਿਲ੍ਹੇ ਚ ਕਿੰਨੇ ਹੈਗੇ ਜਿੱਥੇ ਭੀੜ ਭੜਕਾ ਜ਼ਿਆਦਾ ਉਹਨਾਂ ਪ੍ਰਿੰਸੀਪਲਾਂ ਤੋਂ ਸਲਾਹ ਲਓ ਕਿ ਦੱਸੋ ਤੁਹਾਡਾ ਕਿੱਦਾਂ ਕਰਕੇ ਤੁਹਾਡਾ ਕੋਈ ਇਸ ਤਰੀਕੇ ਨਾਲ ਪੋਸੀਬਲ ਹੈ ਉਹ ਗਾਂ ਆਪਣੀ ਫੈਕਲਟੀ ਨਾਲ ਗੱਲ ਕਰੇ ਟੀਚਰਾਂ ਨਾਲ ਗੱਲ ਕਰੇ ਉੱਥੇ ਉਸੇ ਤਰੀਕੇ ਦਾ ਹੱਲ ਕੱਢਿਆ ਜਾਏ ਅਰੇ ਜਿਹੜੇ ਫਰਮਾਨ ਬਾਰ-ਬਾਰ ਆਉਂਦੇ ਆ ਉਹ ਫਿਰ ਥੋੜੀ ਦੇਰ ਬਾਅਦ ਕਈ ਫਰਮਾਨ ਵਾਪਸ ਵੀ ਲੈ ਗਏ ਹੋ ਸਕਦਾ ਇਹਦੇ ਤੇ ਵੀ ਕੋਈ ਨਾ ਕੋਈ ਤਰਮੀਮ ਛੇਤੀ ਆ ਜਾਏ ਉਹ ਆਊਟ ਆਫ ਬਾਕਸ ਇਸ ਤਰ੍ਹਾਂ ਅਚਾਨਕ ਤੁਸੀਂ ਕੱਢ ਲੈਨੇ ਆ ਉਹ ਥੋੜਾ ਜਿਹਾ ਉਹਨੂੰ ਸੋਚ ਸਮਝ ਕੇ ਦੇਣਾ ਕਰਨਾ ਚਾਹੀਦਾ ਜਿਵੇਂ ਉਹਨਾਂ ਨੌਕਰੀਆਂ ਦਾ ਹੀ ਆ ਧੜਾ ਥੜ ਥੜਾ ਥੜ 26454 26453 ਇਹ ਐਂ ਜੀ ਆ ਕੇ ਤੇ ਜਿਵੇਂ ਕਿਤੇ ਰੱਬ ਤੋਂ ਕੋਈ ਟੈਲੀਗ੍ਰਾਮ ਆਈ ਹੋਵੇ ਪੀ ਇੰਨੀਆਂ ਨੌਕਰੀਆਂ ਤੁਸੀਂ ਦੇਣੀਆਂ ਦੇਣਿਓ ਦਾ ਐਨ ਐਗਜੈਕਟ ਨੰਬਰ ਰੱਬ ਨੇ ਭੇਜਿਆ ਹੈ ਕਿ ਇੰਨੀਆਂ ਤੁਸੀਂ 454 ਛੱਡ ਦਿਓ 26000 ਦੇ ਦਿਓ 25 ਦੇ ਦਿਓ ਉਹੀ ਨੰਬਰ ਲਿਖਣਾ ਜਿਹੜਾ ਕਾਗਜ਼ਾਂ 'ਚ ਜੁੜ ਗਿਆ ਤੁਸੀਂ 30000 ਦੇ ਦਿਓ ਕੋਈ ਰੋਕਦਾ 26454 ਜ਼ਰੂਰੀ ਦੇਣੀ ਆ ਥੋੜੀਆਂ ਕਾਪੀ ਹੋ ਰਹੀ ਸੀ ਐਡੀਸ਼ਨ ਵੀ ਦਿਆਂਗੇ ਉਹ ਗੱਲਾਂ ਰੋਜ਼ ਹੀ ਆਈ ਜਾਂਦੀਆਂ ਤੀਜੀ ਵਾਰੀ ਤੇ ਮੈਂ ਅਖਬਾਰ ਦੇ ਵਿੱਚ ਵੱਡਾ ਸਾਰਾ ਇਸ਼ਤਿਹਾਰ ਪੂਰੇ ਪੇਜ ਦਾ ਹੁੰਦਾ ਤੀਜੀ ਵਾਰੀ ਪੜ ਲਿਆ ਇਸ਼ਤਿਹਾਰਾਂ ਦੇ ਨਾਲ ਪੰਜਾਬ ਦਾ ਵਿਕਾਸ ਨਹੀਂ ਹੋਣਾ ਤੁਹਾਡੀ ਨਾ ਕੋਈ ਬਹੁਤੀ ਸ਼ਾਨੋ ਸ਼ੌਕਤ ਬਣਨੀ ਆ ਹਾਲੇ ਥੇ ਅਗੇ ਇਸ਼ਤਿਹਾਰ Rajasthan ਚ ਵੀ ਪਹਚਾਤਾ Rajasthan ਦੀਆਂ ਖਬਰਾਂਾਂ 'ਚ ਲੱਗਾ ਹੋਇਆ ਹਿੰਦੀ ਦੀਆਂ 'ਚ ਮੈਂ ਦੇਖਿਆ ਉਹ ਤੁਸੀਂ ਯਾਰ ਕੀ ਗੱਲ ਆ Rajasthan 'ਚ ਚੋਣਾਂ ਤੇ ਨਹੀਂ ਲੜਨ ਚੱਲੇ ਤਰੰਤ ਅਮਾਕ ਚਲ ਪਰਦੇਸ਼ ਵੀ ਅੱਗੇ ਵੀ ਇਹ ਖਬਰਾਂ ਆਈਆਂ ਸੀ ਗੁਜਰਾਤ ਚ ਜਾ ਕੇ ਪੋਸਟਰ ਲੱਗ ਰਹੇ ਇੱਥੇ ਦੇ ਹੁਣ ਇਹ ਤੇਜਰੀਵਾਲ ਦਾ ਮਾਡਲ ਪੰਜਾਬ ਮਾਡਲ ਪੰਜਾਬ ਚ ਆ ਗਿਆ ਤੇ ਪੰਜਾਬ ਮਾਡਲ ਹੁ ਸਾਰੇ ਦੁਨੀਆਂ ਚ ਜਾਊਗਾ ਵਿਦੇਸ਼ਾਂ ਚ ਜਾਊਗਾ ਇਹ ਲੋਕਾਂ ਦਾ ਪੰਜਾਬੀਆਂ ਦਾ ਤੇ ਘੱਟੋ ਘੱਟ ਐਡੇ ਵੱਡੇ ਪੱਧਰ ਤੇ ਬੇਬਕੂਫ ਨਹੀਂ ਬਣਾਇਆ ਜਾ ਸਕਦਾ ਆਲਰੇਡੀ ਕਿਸਾਨ ਵੀਰ ਹੋਰ ਸਾਰੇ ਕਹਿਣ ਲੱਗ ਪਏ ਵੀ ਸਾਡਾ ਹੱਕ ਇੱਥੇ ਰੱਖ ਉਹ ਇੰਨਾ ਸੌਖਾ ਨਹੀਂ ਹੈ ਉਹ ਐਂਡ ਸਰੋਂ ਤੇ ਹੱਥ ਤੇ ਜਿਹੜੀ ਕਹਿੰਦੇ ਨੇ ਸਰੋਂ ਜਮਾਉਣ ਵਾਲੀ ਗੱਲ ਤਲੀ ਤੇ ਸਰੋਂ ਜਮਾਉਣੀ ਉਹੋ ਜੇ ਸਾਡੇ ਲੋਕ ਹੈਗੇ ਉਹ ਕਹਿੰਦੇ ਵੀ ਠੀਕ ਆ ਗੱਲਾਂ ਹੋ ਗਈਆਂ ਹੋ ਗਈਆਂ ਪਿਆਰ ਵੀ ਹੋ ਗਿਆ ਪਰ ਸਾਨੂੰ ਸਾਡੀ ਗੱਲ ਦੇ ਉੱਤੇ ਜੋ ਅਸੀਂ ਮੰਗਾ ਤੁਹਾਡੇ ਅੱਗੇ ਰੱਖੀਆਂ ਜਾਂ ਦੋ ਤੁਸੀਂ ਗਰੰਟੀਆਂ ਦਿੱਤੀਆਂ ਉਹਦਾ ਸਾਨੂੰ ਸਮਾਧਾਨ ਕੰਕਰੀਟ ਰੂਪ ਚ ਮਿਲੇ ਕੱਲੇ ਵੱਡੇ ਵੱਡੇ ਇਸ਼ਤਿਹਾਰਾਂ ਦੇ ਜਿਹੜੇ ਕਾਗਜ਼ ਆ ਉਹਦੇ ਨਾਲ ਸਾਡਾ ਟਿੱਡ ਨਹੀਂ ਪੜਦਾ ਹੌਕ ਕੇ ਲੋਕਾਂ ਨੇ ਨਹੀਂ ਤਾਂ ਸੜਕਾਂ ਤੇ ਆ ਜਾਣਾ ਜਿਵੇਂ ਆਏ ਬੈਠੇ ਨੇ ਬਹੁਤੇ ਜਿਹੜੇ ਬੇਰੁਜ਼ਗਾਰ ਨੇ ਜਾਂ ਜਿਹੜਿਆਂ ਨੂੰ ਨੌਕਰੀਆਂ ਦੇ ਪੇਪਰ ਉੱਪਰ ਪਾਸ ਕੀਤੇ ਹੋਏ ਨੇ ਫਿਰ ਵੀ ਨਹੀਂ ਲੱਗ ਰਹੇ ਕਨਸਟੇਬਲਾਂ ਦੀ ਭਰਤੀ ਪੰਜਾਬ ਪੁਲਿਸ ਦੀਆਂ ਦੀ ਉਹ ਵੀ ਸਰਕਾਰ ਦੇ ਪਿੱਛੇ ਪਏ ਹੋਏ ਨੇ ਨਾਲੇ ਗੱਲ ਜਦੋਂ ਸਿੱਖਿਆ ਦੀ ਪ੍ਰੋਫੈਸਰ ਤੁਰਦੀ ਆ ਤਾਂ ਲੋਕ ਇਹ ਵੀ ਕਹਿੰਦੇ ਨੇ ਕਿ ਮੰਨਾਂਗੇ ਉਦੋਂ ਕਿ ਸਰਕਾਰੀ ਸਕੂਲ ਦੀ ਪ੍ਰੀਖਿਆ ਵਧੀਆ ਹੋਊਗੀ ਘਟੋ ਘਟ ਮੰਤਰੀਆਂ ਦੇ ਜਾਂ ਐਮ ਐਲ ਏ ਸ ਦੇ ਇਹਨਾਂ ਦੇ ਆਪਣੇ ਜਵਾਬ ਉੱਥੇ ਪੜਨ ਹੋਰ ਨਹੀਂ ਤਾਂ ਜਿਹੜੇ ਸਰਕਾਰੀ ਟੀਚਰ ਨੇ ਉਹਨਾਂ ਦੇ ਆਪਣੇ ਜਵਾਬ ਉੱਤੇ ਪੜਨ ਨਾਲੇ ਪਤਾ ਲੱਗੇ ਕਿ ਸਿੱਖਿਆ ਦਾ ਮਿਆਰ ਕਿੱਥੇ ਤੱਕ ਹੈ ਜਿਵੇਂ ਇੱਕ ਚਿੱਠੀ ਵਾਇਰਲ ਹੋ ਰਹੀ ਹੈ ਤੁਸੀਂ ਦੇਖੀ ਹੋਣੀ ਹੋ ਕੋਈ ਡਿਪਟੀ ਕਮਿਸ਼ਨਰ ਸਾਹਿਬ ਨੂੰ ਲਿਖੀ ਹੈ ਸ਼ਾਇਦ ਪਟਿਆਲਾ ਵੇ ਤੇ ਉਹਦੇ ਵਿੱਚ ਇੱਕ 10ਵੀਂ ਜਮਾਤ ਦੇ ਵਿਦਿਆਰਥੀ ਨੇ ਤਾਂ ਸਾਰੀ ਕੋਲ ਕੋਲ ਕੇ ਰੱਖਤੀ ਕਿ ਹੁੰਦਾ ਕੀ ਹੈ ਸਰਕਾਰੀ ਸਕੂਲਾਂ ਦੇ ਪੇਪਰਾਂ 'ਚ ਦੇਖੋ ਉਸ ਚਿੱਠੀ ਦੇ ਜਵਾਬ ਵਿੱਚ ਇਹਨਾਂ ਕੋਲ ਇੱਕ ਬੜੀ ਹਾਜ਼ਰ ਜਵਾਬੀ ਅਸੀਂ ਅਜੇ ਨਵੇਂ ਨਵੇਂ ਅਸੀਂ ਤੇ ਅਜੇ ਹਨੀਮੂਨ ਤੇ ਆ ਅਜੇ ਸਾਡੇ ਕੋਲ ਕੋਈ ਬਹੁਤੀਆਂ ਮੀਤਾਂ ਨਾ ਕਰੋ ਜਦੋਂ ਚਾਹ ਲੱਥੂਗਾ ਮਿਸਟਰੀਆਂ ਕੁਰਸੀਆਂ ਤੇ ਬਹਿਣ ਦਾ ਜਿਹੜਾ ਸਾਰਾ ਆਦਤ ਬਣ ਜੂਗੀ ਪਤਾ ਲੱਗੂਗਾ ਸਾਨੂੰ ਵਿਸ਼ਵਾਸ ਹੋ ਜੂਗਾ ਕਿ ਅਸੀਂ ਮਿਨਿਸਟਰ ਹਾਂ ਐਮਐਲਏ ਹਾਂ ਉਦੋਂ ਬਾਅਦ ਸਾਡੇ ਕੋ ਗੱਲਾਂ ਕਰਿਓ ਅਜੇ ਉਹਦਾ ਜਵਾਬ ਇਹ ਆ ਪਰ ਇਹ ਫੈਕਟ ਹੈਗਾ ਉਹ ਬੱਚੀ ਨੇ ਮੈਂ ਡਿਟੇਲ ਚਿੱਠੀ ਉਹ ਮੇਰੇ ਕੋਲ ਵੀ ਪਹੁੰਚੀ ਮੈਂ ਪੜ੍ਹੀ ਹੈ ਪਟਿਆਲੇ ਦੇ ਡੀਸੀ ਨੂੰ ਲਿਖੀ ਹੈ ਤੇ ਇਹਨਾਂ ਦੇ ਸਾਰੇ ਐਜੂਕੇਸ਼ਨ ਦੇ ਵਿਭਾਗ ਨੂੰ ਵੀ ਲਿਖੀ ਹੈ ਕਿ ਪੰਜਾਬੀ ਦੇ ਪਰਚੇ ਦੇ ਵਿੱਚ ਹੱਦ ਹੋ ਗਈ ਆ ਕਿ ਤੁਸੀਂ ਕੋਵਿਡ ਦੇ ਦੌਰਾਨ ਤੇ ਨਕਲ ਮਰਵਾਉਂਦੇ ਹੀ ਸੀਗੇ ਹੁਣ ਵੀ ਇਹ ਆ ਕਿ ਜਿਹੜੇ ਸੁਪਰਵਾਈਜ਼ਰ ਲਾਏ ਹੋਏ ਆ ਉਹ ਅੱਖਾਂ ਬੰਦ ਕੇ ਐਨ ਜਿ ਤਰ੍ਹਾਂ ਕਬੂਤਰ ਬਿੱਲੀ ਦੇ ਅੱਗੇ ਬਹਿ ਜਾਂਦਾ ਅੱਖਾਂ ਬੰਦ ਕੇ ਮੁੰਦ ਕੇ ਬਹਿ ਜਾਂਦੇ ਆ ਤੇ ਜਿਹੜੇ ਟੀਚਰ ਆਪਣੇ ਲੋਕਲ ਆ ਉਹ ਥੜਾ ਥਾੜ ਉਹਨ ਪਰਚੀਆਂ ਨਹੀਂ ਦਵਾ ਪਾਉਂਦੇ ਉਹ ਨਹੀਂ ਕਰਦੇ ਕਿਤਾਬ ਨਹੀਂ ਦਿੰਦੇ ਦਾਸੀ ਦਿੰਦੇ ਆ ਯਾ ਜਵਾਬ ਜੇ ਬੱਚਿਓ ਆ ਜਿਹੜਾ ਸਵਾਲ ਫਲਾਣੇ ਦਾ ਆ ਲਿਖ ਲੋ ਤੇ ਮਕਾਨੇ ਦਾ ਆ ਲਿਖ ਲੋ ਉਹ ਲੜਕੀ ਦੇ ਮਾਪੇ ਸਾਰੇ ਜਾ ਕੇ ਉਹਨਾਂ ਨੇ ਪੁੱਛਿਆ ਲੜਕੀ ਨੇ ਘਰ ਦੱਸਿਆ ਮਾਪੇ ਨੇ ਪ੍ਰਿੰਸੀਪਲ ਨਾਲ ਗੱਲ ਹੋਈ ਸਾਰੀ ਪ੍ਰਿੰਸੀਪਲ ਦਰਸ਼ਨ ਹੀ ਨਹੀਂ ਹੋਏ ਇੱਥੇ ਆ ਜੀ ਇੱਥੇ ਗਏ ਆ ਜੀ ਮੀਟਿੰਗ 'ਚ ਆ ਜੀ ਫਿਰ 5 ਘੰਟੇ ਬਾਅਦ ਫਿਰ ਮੀਟਿੰਗ 'ਚ ਆ ਜੀ ਮਤਲਬ ਉਹਨਾਂ ਨੇ ਦਰਸ਼ਨ ਨਹੀਂ ਕੀਤੇ ਕਿਉਂਕਿ ਉਹ ਫੇਸ ਨਹੀਂ ਸੀ ਕਰਨਾ ਚਾਹੁੰਦੇ ਫੈਕਟ ਇਹ ਪਤਾ ਲੱਗਾ ਆਲਟੀਮੇਟਲੀ ਕਿ ਸਰਕਾਰ ਦਬਾਅ ਪਾ ਰਹੀ ਹੈ ਪ੍ਰਿੰਸੀਪਲਾਂ ਦੇ ਉੱਤੇ ਕਿ ਜੇ ਰਿਜ਼ਲਟ ਤੁਹਾਡਾ ਘਾਟ ਆਇਆ ਤਾਂ ਸਾਡੇ ਨਾਲੋਂ ਮਾੜਾ ਕੋਈ ਨਹੀਂ ਹੈ ਰਿਜ਼ਲਟ ਤੇ ਚੰਗਾ ਆਪੇ ਆਊਗਾ ਜਦੋਂ ਟੀਚਰ ਹੀ ਅਜੇ ਇੱਕੋ ਹੀ ਕਸਰ ਰਹਿ ਗਈ ਵੀ ਟੀਚਰ ਆਪ ਹੀ ਨਹੀਂ ਪਰਚਾ ਲਿਖ ਰਹੇ ਬੱਚੇ ਦਾ ਜਦ ਸਾਰਾ ਦਾਸਤਾ ਤੇ ਫਿਰ ਬਾਕੀ ਕੀ ਬਜੇ ਰਿਜ਼ਲਟ ਤੇ ਚੰਗਾ ਹੀ ਆਊਗਾ ਪਰ ਪੰਜਾਬ ਦਾ ਰਿਜ਼ਲਟ ਚੰਗਾ ਨਹੀਂ ਆਊਗਾ ਲੋਕਾਂ ਦੇ ਮਨ ਦਾ ਵਿਕਾਸ ਦਾ ਬૌਧਿਕ ਵਿਕਾਸ ਦਾ ਰਿਜ਼ਲਟ ਬਹੁਤ ਮਾੜਾ ਹੋਊ ਸਾਡੇ ਕੈਰੈਕਟਰ ਦਾ ਕੀ ਬਣੂਗਾ ਸਾਡੀ ਇਮਾਨਦਾਰੀ ਦਾ ਕੀ ਬਣੂ ਤੇ ਸਾਡੇ ਉਹਨਾਂ ਬਾਦਿਆਂ ਆਮਿਦਾਂ ਦਾ ਕੀ ਬਣੂਗਾ ਜਿਸ ਜਿਸ ਦਾ ਪੰਜਾਬ ਅਡੀਕ ਕਰ ਕਰਕੇ ਥੱਕ ਚੁੱਕਾ ਮੈਨੂੰ ਲੱਗਦਾ ਕਿ ਬਹੁਤ ਟਾਈਮਲੀ ਚਿੱਠੀ ਹੈ ਇਹਨੂੰ ਇੱਕ అలਾਰਮ ਸਮਝੋ ਕੁਝ ਤਰ੍ਹਾਂ ਜਿਦੋਂ ਲੜਾਈ ਲੱਗਦੀ ਹੈ ਘੰਗੂ ਵੱਜਦਾ ਸਾਇਰਨ ਵੱਜਦਾ ਨਾ ਜੋਰ ਦੇ ਵੀ ਜਾ ਕੇ ਆਉਣ ਵਾਲਾ ਇਹਨੂੰ ਤੁਸੀਂ ਉਹ ਐਮਰਜੈਂਸੀ ਸਾਇਰਨ ਸਮਝੋ ਬੱਚੀ ਨੇ ਜਿਹੜਾ ਚਿੱਠੀ ਲਿਖ ਕੇ ਡਿਪਟੀ ਕਮਿਸ਼ਨਰ ਨੂੰ ਸਰਕੂਲੇਟ ਕੀਤੀ ਹੈ ਕਿ ਆ ਥਲੇ ਹਾਲਾਤ ਜੇ ਝੂਠੇ ਰਿਜ਼ਲਟ ਨਾ ਕਢੋ ਅਸਲੀਅਤ ਵਿੱਚ ਆਜੋ ਜੇ ਪੰਜਾਬ ਨੂੰ ਬਚਾਉਣਾ ਨਹੀਂ ਤੇ ਤੁਹਾਡੀਆਂ ਜਿਹੜੀਆਂ ਗਰੰਟੀਆਂ ਉਹ ਵਿੱਚ ਧਰੀਆਂ ਦੀਆਂ ਧਰੀਆਂ ਰਹਿ ਜਾਣਗੀਆਂ ਹਾਂਜੀ ਆਕਰ ਤਾਂ ਪ੍ਰੋਫੈਸਰ ਸਭ ਸਾਰੇ ਪਾਸੇ ਮਚੀ ਹੋਈ ਹੈ ਮੈਂ ਅਖਬਾਰਾਂ ਚ ਖਬਰਾਂ ਪੜ ਰਿਹਾ ਸੀ ਕਿ ਜਿਹੜੇ ਪੱਠੇ ਨੇ ਪੱਠਿਆਂ ਤੇ ਕੰਮ ਕਰਨ ਵਾਲੇ ਮਜ਼ਦੂਰ ਨੇ ਉਹਨਾਂ ਦੇ ਵਿੱਚ ਵੀ ਚਿੰਤਾ ਹੈ ਕਿ ਹੁਣ ਬੜੂੰਗਾ ਕੀ ਮਹਿੰਗਾਈ ਇੰਨੀ ਹੋ ਗਈ ਆ ਕਿ ਉਧਰੋਂ ਰੇਤੇ ਦਾ ਰੇਟ ਵਧਿਆ ਆ, ਉਧਰੋਂ ਗੇਸਾਂ ਦਾ ਰੇਟ ਵਧ ਗਿਆ, ਉਧਰੋਂ ਕੋਲੇ ਦਾ ਵਧ ਗਿਆ। ਬੁਰਾ ਹਾਲ ਹੈ ਸਾਰੇ ਪਾਸੇ। ਉਧਰਲੇ ਪਾਸੇ ਇੱਕ ਜੇ ਮੈਂ ਨਾਲ ਹੋਰ ਜੋੜ ਦਿੰਨਾ ਇਹਦੇ ਤੇ ਵੀ ਗੱਲ ਕਰਿਓ ਕਿ ਪਟਵਾਰੀ ਹੜਤਾਲ ਦੇ ਨੇ। ਪਟਵਾਰੀ ਜਿਹੜੇ ਨੇ ਉਹ ਰਿਸ਼ਵਤ ਕਿਉਂ ਲੈਂਦੇ ਨੇ? ਇਹ ਵੀ ਸਵਾਲ ਉੱਠਦਾ ਹੈ ਕਿਸਾਨਾਂ ਨੇ ਕਹਿਤਾ ਕਿ ਹੁਣ ਸਾਨੂੰ ਜਿਹੜਾ ਉਹ ਕਈ ਵਾਰੀ ਲੋਡ ਪੈਂਦੀ ਫਰਦਾ ਕਢਾਉਣ ਦੀ ਸਾਡਾ ਕੰਮ ਜ਼ਿਆਦਾ ਪਟਵਾਰ ਖਾਨਿਆਂ ਦੇ ਵਿੱਚ। ਤਹਿਸੀਲਾਂ 'ਚ ਸਾਨੂੰ ਜ਼ਿਆਦਾ ਜਾਣਾ ਪੈਂਦਾ ਤੇ ਸਾਨੂੰ ਦਿੱਕਤ ਆ ਰਹੀ ਆ। ਸਰਕਾਰ ਇਸ ਪਾਸੇ ਵਾਲੇ ਦਾ ਹੱਲ ਕੱਢੇ ਕੋਈ ਨਾਲੇ ਉਹ ਕਹਿੰਦੇ ਜਿਹੜੇ ਰਿਸ਼ਵਤ ਖਾਂਦੇ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਵੀ ਚਾਹੀਦੀ ਹੈ ਤੇ ਦੇਖੋ ਪਠਿਆਲੀਆਂ ਦੇ ਦੋਵੇਂ ਗੱਲਾਂ ਅਲੱਗ-ਅਲੱਗ ਆ ਤੁਸੀਂ ਸਾਰਾ ਕੁਝ ਲਪੇਟਣ ਲਈ ਦੋਵੇਂ ਗੱਲਾਂ ਜੋੜਤੀਆਂ ਜੀ ਪਠਿਆਲਾ ਮਾਮਲਾ ਇਹ ਹੈਗਾ ਕਿ ਜਿਹੜੀ ਪਹਿਲਾਂ ਕੱਚੀ ਮਿੱਟੀ ਜਿਹਨੂੰ ਪੱਥ ਕੇ ਪਥੇਰਾ ਨੇ ਬਣਾਉਣਾ ਉਹ ਪਠਿਆ ਤਾਂ ਮੈਂ ਬਹੁਤ ਕੰਮ ਕੀਤਾ ਮੈਂ ਤਾਂ ਕਿ ਨਾ ਮੈਂ ਬਹੁਤ ਵੱਡੀਆਂ ਦੋ ਰਿਪੋਰਟਾਂ ਲਿਖੀਆਂ 250 ਪਠਿਆ ਦੇ ਹਰਿਆਣੇ ਤੇ ਤੇ ਦੋ ਤਿੰਨ ਜ਼ਿਲ੍ਹਿਆਂ ਦੇ ਪੰਜਾਬ ਦੇ ਵੀ ਪੱਠਿਆਂ ਤੇ ਮੈਂ ਰਿਪੋਰਟਾਂ ਲਿਖੀਆਂ ਜਾਂ ਲੇਬਰ ਮੈਗਜ਼ੀਨ ਇਸ ਕਰਕੇ ਮੈਂ ਬਹੁਤ ਨੇੜਿਓਂ ਜਾਣਦਾ ਉੱਥੇ ਕੀ ਹੁੰਦਾ ਉਹ ਪੱਠਿਆਂ ਦੇ ਉੱਤੇ ਅਸਲ ਵਿੱਚ ਤੇ ਇੱਟਾਂ ਦੇ ਕੀ ਪੱਥਰ ਕੇ ਤੇ ਉੱਥੇ ਬੇਕ ਹੁੰਦੀਆਂ ਉਹ ਬੰਦੇ ਹੀ ਉੱਥੇ ਤੁਸੀਂ ਸਮਝ ਲਓ ਕਿ ਪੱਠੇ ਦੇ ਵਿੱਚ ਪੱਕ ਰਹੇ ਆ ਇਹ ਹਾਲਤ ਆ ਜੂਨ ਦੀ ਧੁੱਪ ਦੇ ਵਿੱਚ ਜਿੱਥੇ ਥੱਲੇ ਅੱਗ ਹੁੰਦੀ ਆ ਮੰਜਾ ਢਾ ਕੇ ਉਸ ਪੱਠੇ ਦੇ ਉੱਪਰ ਕੋਲਾ ਪਾਉਣ ਵਾਲੇ ਸੌਂਦੇ ਆ ਜੂਨ ਦੇ ਮਹੀਨੇ ਥੱਲੇ ਅੱਗ ਹੁੰਦੀ ਬਿਲਕੁਲ ਪੱਠੇ ਦੇ ਵਿੱਚ ਥੱਲੇ ਤਪ ਰਹੀ ਹੁੰਦੀ ਐ ਉਹਨਾਂ ਨੇ ਕੋਲਾ ਪਾਉਣਾ ਹੁੰਦਾ ਤੇ ਉਹ ਉੱਤੇ ਹੀ ਬਹਿ ਕੇ ਰੋਟੀਆਂ ਰੱਟੀਆਂ ਪਕਾਉਂਦੇ ਆ ਪੱਠੇ ਦੇ ਉੱਪਰ ਤੁਸੀਂ ਅੰਦਾਜ਼ਾ ਲਾ ਲਓ ਕਿ ਉਹ ਕਿਹੋ ਜਿਹੇ ਇਨਸਾਨ ਹੋਣਗੇ ਕਿ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋਣਗੇ ਉਨ੍ਹਾਂ ਦੀ ਇੰਨੀ ਮਿਹਨਤ ਮੁਸ਼ਕਲ ਤੋਂ ਬਾਅਦ ਵੀ ਹਾਲਤ ਇਹ ਹੈ ਕਿ ਪੱਠਿਆਂ ਦੀ ਇੰਡਸਟਰੀ ਜਿਹੜੀ ਆ ਬੰਦ ਹੋਣ ਤੇ ਆ ਗਈ 2700 ਪੱਠੇ ਆ ਪੰਜਾਬ ਪੱਠੇ ਮਾਲਕਾਂ ਨੇ ਪੀਸੀ ਕਰਕੇ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਭਈ ਸਾਡੇ ਤੇ ਮਹਿੰਗਾਈ ਨੇ ਪਹਿਲਾਂ ਹੀ ਨੱਕ ਚ ਦਮ ਕੀਤਾ ਡੀਜ਼ਲ 100 ਰੁਪਏ ਤੋਂ ਉੱਪਰ ਪੈਟਰੋਲ ਕਈ ਕਈ ਜਗ੍ਹਾ ਤੇ 150 ਰੁਪਏ ਦੇ ਨੇੜੇ ਪਹੁੰਚਣ ਵਾਲਾ ਮੋਦੀ ਕਹਿੰਦਾ ਮੈਂ ਕੋਈ ਰਾਹਤ ਦੇਣੀ ਨਹੀਂ ਉਹਨ ਦੇ GST ਵੱਧ ਤੋਂ ਵੱਧ 28 28 ਰੁਪਏ ਆ ਇਹ ਪੈਟਰੋਲ ਡੀਜ਼ਲ ਜਿਹੜਾ ਤੇਲ ਆ ਇਹਦੇ ਤੇ 40 42 ਕੇ 45% ਤੱਕ GST ਲੱਗੀ ਹੋਈ ਆ ਮਤਲਬ ਅਲੱਗ-ਅਲੱਗ ਉਹਨੂੰ GST ਕਹੋ ਜਾਂ ਕੁਝ ਕੋਣ ਟੈਕਸ ਤੇ ਨਾ ਹੈਗਾ ਯਾ ਸਾਡੀ ਜੇਬ ਚੋਂ ਤੇ ਜਾ ਰਿਹਾ ਉਹਨੂੰ PSC ਕਹਿਣਾ ਜਾਂ GST ਕਹਿਣਾ ਕਈ ਜੋ ਮਰਜ਼ੀ ਚੱਲੋ ਸਾਡੀ ਹੱਥੋਂ ਟੈਕਸ ਇੰਨਾ ਜਾ ਰਿਹਾ ਸੂਬਿਆਂ ਨੂੰ ਕਹਿ ਰਿਹਾ મોદી ਉਲਟਾ ਕਿ ਤੁਸੀਂ ਉਹਨੂੰ ਇਸ ਨੂੰ ਡੀਜ਼ਲ ਨੂੰ ਪੈਟਰੋਲ ਨੂੰ ਘਟਾਉ ਸੂਪੇ ਕਿੱਥੋਂ ਕਰਨ ਉਹਨਾਂ ਦਾ ਤੇ ਲੁੱਟ ਕੇ ਮਾਲ ਪਹਿਲਾਂ ਹੀ ਸੈਂਟਰ ਖਾ ਗਿਆ ਹੁਣ ਫਿਰ ਜਾਂ ਤੇ ਬਿਲਕੁਲ ਹੀ ਸੜਕਾਂ ਤੇ ਬਿਠਾ ਦੇ ਬੜਾ ਪਚੀਦਾ ਮਾਮਲਾ ਇੱਕ ਤੇ ਇਸ ਗੱਲ ਨੂੰ ਪਿੱਟਿਆ ਕਿ ਜਦੋਂ ਡੀਜ਼ਲ ਵਧ ਗਿਆ ਪੈਟਰੋਲ ਦੀਆਂ ਕੀਮਤਾਂ ਵਧ ਗਈਆਂ ਟਰਾਂਸਪੋਰਟੇਸ਼ਨ ਦਾ ਵਧ ਗਿਆ ਉਹ ਖਰਚਾ ਵੀ ਇਟਾਂ ਦਾ ਅਗਲੇ ਨੂੰ ਕੰਜ਼ਿਊਮਰ ਨੂੰ ਤੇ ਜਿੰਨੇ ਬੀਲ ਖਰੀਦਣੀ ਉਹਨੂੰ ਤੇ ਪੈ ਹੀ ਗਿਆ ਨਾ ਖਰਚਾ ਇਹ ਜਿਵੇਂ ਕਾਫੀ ਨਹੀਂ ਸੀਗਾ ਆ ਹੁਣ ਜਿਹੜੀਆਂ ਕਾਫੀ ਗਿਣਤੀ ਦੇ ਵਿੱਚ ਆਈਟਮਾਂ ਉਹਨਾਂ ਦੀ GST ਵਧਾਈ ਗਈ ਹੈ ਪਹਿਲਾਂ GST ਇਹਨਾਂ ਤੇ ਗੁੱਡ ਐਂਡ ਸਰਵਿਸ ਟੈਕਸ ਜਿਹੜਾ ਉਹ 5% ਸੀ ਇਟਾਂ ਤੇ ਇਹ ਵਧਾ ਕੇ 12% ਕਰਤਾ ਜਾਨੀ ਦੁੱਗਣੇ ਤੋਂ ਵੀ ਉੱਪਰ ਕਰਤਾ ਕਸਰ ਛੱਡੀ ਨਹੀਂ ਕੋਈ ਤੇ ਜਿਹੜੇ ਮੈਂ ਮਜ਼ਦੂਰਾਂ ਦੀ ਗੱਲ ਕੀਤੀ ਹੈ ਜਿਹੜੇ ਉੱਥੇ ਵਿੱਚ ਬੱਚੇ ਪਰਿਵਾਰ ਔਰ ਇਹ ਬਹੁਤੇ ਇਹਨਾਂ ਚੋਂ ਬੰਦੂਆ ਮਜ਼ਦੂਰ ਆ ਮੈਂ ਇਹ ਵੀ ਦੱਸ ਦਿਆਂ ਉਹਨਾਂ ਨੂੰ ਹਰ ਮਹੀਨੇ ਤਨਖਾਹ ਨਹੀਂ ਮਿਲਦੀ ਹੈ ਉਹਨਾਂ ਨੂੰ ਇੱਕੋ ਵਾਰੀ ਮਿਲਣੀ ਆ ਖਰਚਾ ਮਿਲਦਾ ਹਰ 14 ਦਿਨ ਬਾਅਦ ਖਰਚਾ ਮਿਲਦਾ ਤਨਖਾਹ ਜੂਨ ਚ ਜਦੋਂ ਫਾਈਨਲ ਫੁੱਲ ਐਂਡ ਫਾਈਨਲ ਹਿਸਾਬ ਕਿਤਾਬ ਹੋਣਾ ਜੂਨ ਐਂਡ ਚ ਉਦੋਂ ਮਿਲਣਾ ਕਈਆਂ ਦੇ ਨੈਗੇਟਿਵ ਚਲੇ ਜਣੇ ਆ ਕਈਆਂ ਨੂੰ 5000 ਰੁਪਇਆ ਪਰਿਵਾਰ ਨੂੰ ਮਿਲ ਜਾਂਦਾ ਤੇ ਉਹ ساری ਉਮਰ ਕਰਜ਼ੇ ਥੱਲੇ ਰਹਿੰਦੇ ਆ ਪਿੰਡ ਚ ਵੀ ਜਿੱਥੇ ਜਾਂਦੇ ਆ ਦੋ ਤਿੰਨ ਮਹੀਨੇ ਜਦੋਂ ਪੱਠਾ ਬੰਦ ਹੋਣਾ ਬਰਸਾਤਾ ਚ ਜਦੋਂ ਵਾਪਸ ਆਉਣਾ ਤੇ ਫਿਰ ਐਡਵਾਂਸ ਲੈ ਲੈਣਾ ਫਿਰ ਕਰਜ਼ੇ ਚ ਜੰਮਦੇ ਕਰਜ਼ੇ ਚ ਤੇ ਮਰਦੇ ਕਰਜ਼ੇ ਚ ਇਹ ਮਜ਼ਦੂਰਾਂ ਦੀ ਹਾਲਤ ਆ ਤੇ ਉਹ ਜੇ ਇੰਨੀ ਲੁੱਟ ਤੋਂ ਬਾਅਦ ਵੀ ਮਾਲਕ ਜਿਹੜੇ ਆ ਚੀਕਾਂ ਮਾਰ ਰਹੇ ਆ ਕਿ ਅਸੀਂ ਇਦੋਂ ਵੱਧ ਤੇ ਮਜ਼ਦੂਰ ਦਾ ਖੂਨ ਵੀ ਨਹੀਂ ਚੂ ਸਕਦੇ ਮੋਦੀ ਜੀ ਦਾ ਤੇ ਚੂਸਿਆ ਕੀ ਉਹਨਾਂ ਨੇ ਆਪ ਸਰੀਂਜ ਲਾਈ ਹੋਈ ਆ ਚੂਸਣ ਲਈ ਮੱਛਰਾਂ ਵਾਂਗ ਉਹ ਤੇ ਸਾਰੇ ਦੇਸ਼ ਦਾ ਹੀ ਇਕੱਠਾ ਕਰ ਲਿਆ ਗਰੀਬਾਂ ਦਾ ਖੂਨ ਇਸ ਲਈ ਹੁਣ ਭਗਵੰਤ ਮਾਨ ਨੇ ਹੁਣ ਕੀ ਕਰਨਾ ਇਹਦੇ ਚ ਕਿਹੜੀ ਬੀਨ ਵਜਾਉਣੀ ਆ ਇਹ ਸਾਰੇ ਜਿਹੜਾ ਨਵਾਂ ਸੱਪ ਨਿਕਲਿਆ ਜੀਐਸਟੀ ਵਾਲਾ ਤੇ ਇਟਾਂ ਵਾਲਾ ਤੇ ਇਟਾਂ ਦੀ ਮਹਿੰਗਾਈ ਵਾਲਾ ਉਹਨਾਂ ਨੇ ਤੇ ਇਹ ਕਿਹਾ ਵੀ ਜੇ ਸਾਨੂੰ ਰਾਹਤ ਨਾ ਮਿਲੀ ਤੇ ਅਸੀਂ ਸਾਡੇ ਪੱਠੇ ਬੰਦ ਲਾਓ ਫਿਰ ਪੱਠਾ ਇੱਕਾਰੀ ਬੰਦ ਹੋਇਆ ਤੁਹਾਨੂੰ ਪਤਾ ਕਹਿੰਦੇ ਆ ਨਾ ਆਖਿਰ ਕਹਿੰਦੇ ਉਹ ਇੱਧਰ ਤੇ ਪਠਾਈ ਬਹਿ ਗਿਆ ਜੇ ਬਹਿ ਜੇ ਤੇ ਫਿਰ ਉੱਠਦਾ ਨਹੀਂ ਹੈਗਾ ਉਹ ਕਾफी ਕਸੂਤਾ ਦੁਬਾਰਾ ਉਹਨੂੰ ਗਰਮ ਕਰਨ ਲਈ ਬਹੁਤ ਜ਼ਿਆਦਾ ਬਾਲਣ ਪਾਉਣਾ ਪੈਂਦਾ ਇਧਰ ਨੂੰ ਨਾ ਕਿਤੇ ਚੱਲੇ ਕੇ ਪੱਠਾ ਤੇ ਸਾਡੇ ਬੈਠਣ ਹੀ ਸਾਡੇ ਪੰਜਾਬ ਦੀ ਅਰਥ ਵਿਵਸਥਾ ਦਾ ਵੀ ਪੱਠਾ ਨਾਲ ਹੀ ਹੋਰ ਬੈਠ ਜਾਏ ਇਹ ਗੱਲ ਜਿਹੜੀ ਚਿੰਤਾਜਨਕ ਸਾਡੇ ਲਈ ਤੇ ਹੈ ਹੀ ਹੈ ਉਹ ਭਗਵੰਤ ਮਾਨ ਦੀ ਸਰਕਾਰ ਲਈ ਵੀ ਹੋਣੀ ਚਾਹੀਦੀ ਪਟਵਾਰੀਆਂ ਦੀ ਗੱਲ ਕੀ ਬਿਲਕੁਲ ਉਹ ਅਲੱਗ ਗੱਲ ਸੀਗੀ ਪਟਵਾਰੀਆਂ ਦੀ ਸੁਖਵਿੰਦਰ ਜੀ ਦੇਖੋ ਉਹਦੇ ਦੋ opinion ਹੈਗੇ ਜਿਹੜਾ ਵੀ ਪੈਸਾ ਨਿੱਕੇ ਜੇ ਕੰਮ ਲੈ ਵੀ ਕੋਈ 500 ਦਿੰਦਾ ਕੋਈ 100 ਦਿੰਦਾ 100 ਤੇ ਘੱਟੋ ਘਾਟਿਆ ਕਿਉਂਕਿ 100 ਦਾ ਨੋਟ ਤੋਂ ਥੱਲੇ ਵਾਲਾ ਨੋਟ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਤੇ ਕੋਈ 200 ਦਿੰਦਾ ਕਹੇ ਦਾ ਕੋਈ ਜਾਣ ਮਿੱਤਰ ਨਿਕਲ ਆਏ ਤੇ ਮੈਂ ਕਰੀ ਕੰਮ ਨਿਕਾ ਜਿਆ ਸੀਗਾ ਫਰਦਪੁਰ ਤਾਂ ਜਾ ਇਹੋ ਜਾਂ ਮੈਨੂੰ ਤੇ ਨਹੀਂ ਮੈਨੂੰ ਤੇ ਚਾ ਪਾਣੀ ਵੀ ਪਲਾਇਆ ਪਛਾਣ ਦੇ ਸੀ ਪਰ ਜਨਰਲੀ ਇਹ ਜ ਹੈਗਾ ਉਹਨੇ ਲੋਕਾਂ ਨੂੰ ਜਨਤਾ ਨੂੰ ਬਹੁਤ ਉਮੀਦਾਂ ਆ ਵੀ ਆ ਤੇ ਸਰਕਾਰੀ ਬੜੀ ਚਿੱਟੀ ਦੁੱਧ ਧੋਤੀ ਐਨ ਸਰਫ ਦੇ ਨਾਲ ਸਾਫ ਸੁਥਰੀ ਐ ਤੇ ਜਦੋਂ ਇਹ ਸਰਕਾਰ ਧੋਤੀ ਹੈ ਤੇ ਫਿਰ ਇੱਕ ਪੈਸਾ ਵੀ ਇਧਰ ਉਧਰ ਨਹੀਂ ਵੀਡੀਓ ਬਣਾ ਕੇ ਭੇਜਣੀਆਂ ਇੱਕ ਨੰਬਰ ਜਾਰੀ ਹੋ ਗਿਆ ਉਹਦੇ ਚ ਵੀਡੀਓ ਜਾਣੀ ਹੈ ਇਹਨਾਂ ਦੇ ਤੇ ਬਚਣਾ ਹੀ ਕੋਈ ਨਹੀਂ ਇਹ ਤੇ ਛੱਡਣਾ ਹੀ ਨਹੀਂ ਹੁਣ ਇਹ ਲੋਕਾਂ ਦੇ ਵਿੱਚ ਜਿਹੜੇ ਤੰਗ ਆ ਉਹ ਸੋਚ ਰਹੇ ਆ ਦੂਜਾ ਤੁਸੀਂ ਕਾਨੂੰਗੋ ਪਟਵਾਰੀਆਂ ਦਾ ਸੁਣ ਲਓ ਕਹਿੰਦੇ ਕਿ ਸਰਕਾਰ ਤੇ ਆਉਂਦੀ ਹੈ ਜੁਆਈਆਂ ਪਾਈਆਂ ਵਾਂਗ ਜਿਹੜਾ ਆਉਂਦਾ ਮਾੜੀ ਘਰ ਧਿਰ ਦੇ ਉੱਤੇ ਆਪਣਾ ਭਾਰੂ ਪੈਂਦਾ ਸਾਨੂੰ ਹੁਕਮ ਹੁੰਦਾ ਜੀ ਫਲਾਣਾ ਅਫਸਰ ਆ ਰਿਹਾ ਫਲਾਣਾ ਪੁਲਿਸ ਵਾਲਾ ਆ ਰਿਹਾ ਫਲਾਣਾ ਆਈਐਸ ਆ ਰਿਹਾ ਫਲਾਣਾ ਪੋਲੀਟੀਸ਼ੀਨ ਆ ਰਿਹਾ ਉਹਦੇ ਰਹਿਣ ਦਾ ਉਹਦਾ ਬਾਕੀ ਸ਼ਾਮਿਆਂ ਨਾਲ ਜੇ ਕੋਈ ਮੀਟਿੰਗ ਕਰਨੀ ਆ ਜਾਂ ਕੋਈ ਹੋਰ ਹਾਲ ਲੈਣਾ ਉਹਦਾ ਖਰਚਾ ਚਾਹ ਪਾਣੀ ਦਾ ਖਰਚਾ ਸਾਰਾ ਕੁਝ ਕਰੋ ਜੀ ਪਟਵਾਰੀ ਕਰ ਕਹਿ ਦੋ ਕਾਨੂੰਗੋ ਨੂੰ ਕਹਿ ਦੋ ਕਿਉਂਕਿ ਉਹਨਾਂ ਨੂੰ ਵੀ ਇਹ ਲੱਗਦਾ ਕਿ ਇਹ ਪੈਸਾ ਜਿਹੜਾ ਕਮਾਉਂਦੇ ਆ ਥੱਲਿਓ ਕੁਝ ਹਿੱਸਾ ਦੇ ਦਸਵੰਤ ਇੱਧਰ ਘਟਾਓ ਪੜਾਓ ਹੁਣ ਮੈਨੂੰ ਲੱਗਦਾ ਕਿ ਜਿਹੜੀ ਮੁੱਖ ਮੰਗ ਕਾਨੂੰਗੋ ਔਰ ਪਟਵਾਰੀਆਂ ਦੀ ਇਹ ਨਹੀਂ ਹੋਣੀ ਚਾਹੀਦੀ ਕਿ ਫਲਾਣੇ ਨੂੰ ਛੱਡੋ ਤੇ ਫਲਾਣੇ ਨੂੰ ਕੱਢੋ ਤੇ ਫਲਾਣੇ ਨੂੰ ਰੱਖੋ ਉਹ ਉਲਟਾ ਇਹ ਸਰਕਾਰ ਤੇ ਪੁਰਾਣਾ ਸਾਰਾ ਹਸਾਬ ਕਿਤਾਬ ਕੱਢ ਕੇ ਇਹ ਮਨਿਸਟਰ ਦੇ ਸਾਹਮਣੇ ਰੱਖ ਦੇਣ ਕਿ ਆਹ ਦੇਖੋ ਇੰਨਾ ਅਸੀਂ ਇੱਥੇ ਖਰਚਾ ਇੰਨਾ ਇੱਥੇ ਖਰਚਾ ਇੰਨਾ ਇੱਥੇ ਖਰਚਾ ਇਹ ਸਾਰੇ ਪੈਸੇ ਉਹਨਾਂ ਅਫਸਰਾਂ ਤੋਂ ਸਾਨੂੰ ਲੈ ਕੇ ਦੇ ਦਿਓ ਅਸੀਂ ਗਾਂ ਤੋਂ ਕਿਸੇ ਤੋਂ ਇੱਕ ਪੈਸਾ ਨਹੀਂ ਲੈਂਦੇ ਆਪਣਾ ਕੰਮ ਕਰਾਂਗੇ ਔਰ ਵੇਲੇ ਸੇ ਰਾਵਾਂਗੇ ਵੇਲੇ ਸਰ ਜਾਵਾਂਗੇ ਗੱਲ ਖਤਮ ਹੋਈ ਹੁਣ ਇਹ ਵਿਚ ਵਿਚਾਲੇ ਦਾ ਜਿਹੜਾ ਕੰਮ ਆ ਨਾ ਵੀ ਤੂੰ ਵੀ ਖੋਜਤੇ ਮੈਂ ਵੀ ਖੋਜਤੇ ਜਨਤਾ ਪਰੇਸ਼ਾਨ ਉਹਦਾ ਕੋਈ ਹੱਲ ਕਦੀ ਨਾ ਕਦੀ ਤੇ ਕੱਢਣਾ ਪੈਣਾ ਨਹੀਂ ਤੇ ਇੱਕ ਹੋਰ ਬਾਤ ਚੱਲ ਰਹੀ ਹੈ ਇੱਕ ਵਾਰੀ ਪਟਵਾਰੀਆਂ ਨੇ ਹੜਤਾਲ ਕੀਤੀ ਸੀਗੀ ਪ੍ਰਤਾਪ ਸਿੰਘ ਕੈਰਨ ਵੇਲੇ ਸਾਡੇ ਵੇਲੇ ਬੜੀ ਮਸ਼ਹੂਰ ਗੱਲ ਸੀ ਸ਼ਾਇਦ ਮੈਂ ਵੀ ਉਦੋਂ ਮਾੜਾ ਮੱਠਾ ਹੋਸ਼ ਵਿੱਚ ਹੋਊਗਾ ਤਾਂ ਉਦੋਂ ਉਹਨੇ ਕੀ ਕੀਤਾ ਵੀ ਬੜੇ ਤੰਗ ਹੋਇਆ ਪਹਿਲਾਂ ਸਮਝਾਇਆ ਫਿਰ ਉਹਨੇ ਕਿਹਾ ਚੰਗਾ ਜੇ ਨਹੀਂ ਤੇ ਤੁਸੀਂ ਜਾਓ ਮੈਂ ਨਵੇਂ ਰੱਖ ਲੈਣਾ ਕਈ ਸਲਾਹਾਂ ਇਹੋ ਜੀਆਂ ਵੀ ਆ ਰਹੀਆਂ ਕਿ ਜੇ ਫਿਰ ਇਹ ਬਿਲਕੁਲ ਨਹੀਂ ਹਟਦੇ ਹੜਤਾਲ ਤੇ ਹੁਣ ਕਾਰੀ ਦਿੱਤੀ ਹੈ ਇਹਨਾਂ ਨੇ ਹੋਰ ਦੱਸ ਦੇਣਾ ਹੜਤਾਲ ਚੱਲਣੀ ਆ ਬਹੁਤ ਜ਼ਰੂਰੀ ਜ਼ਰੂਰੀ ਕੰਮ ਹੁੰਦੇ ਲੋਕਾਂ ਦੇ ਵੀ ਉਹ ਕਿਵੇਂ ਸਿਰੇ ਲਾਉਣੇ ਆ ਕੋਈ ਨੰਬਰ 1 ਤੇ ਹੜਤਾਲ ਦਾ ਹੱਲ ਕੱਢਣਾ ਚਾਹੀਦਾ ਨੰਬਰ 2 ਲੋਕਾਂ ਵੱਲੋਂ ਇਹ ਆ ਰਿਹਾ ਵੀ ਜੇ ਬਿਲਕੁਲ ਨਹੀਂ ਕਰਦੇ ਤਾਂ ਫਿਰ ਠੀਕ ਹੈ ਵੇਖੀ ਜਾਊਗੀ ਡੋ ਇਹਨਾਂ ਨੂੰ ਨਵੇਂ ਨੌਜਵਾਨਾਂ ਨੂੰ ਰੱਖੋ ਇੱਕ ਨੇ ਤੇ ਆਪਣਾ ਪੋਸਟਰ ਵੀ ਪਾ ਕੇ ਵਿੱਚ ਸਰਕੂਲੇਟ ਕਰਤਾ ਕਿ ਦੇਖੋ ਮਮੀ ਕੈਂਡੀਡੇਟ ਹੈਗਾ ਤੇ ਮੈਨੂੰ ਛੇਤੀ ਨੌਕਰੀ ਪਟਵਾਰੀ ਦੀ ਦੇ ਦਿਓ ਕਿਉਂਕਿ ਜਾਂ ਥਾਣੇਦਾਰੀ ਦੀ ਜਾਂ ਪੁਲਿਸ ਮਹਿਕਮੇ ਦੀ ਜਾਂ ਪਟਵਾਰੀ ਦੀ ਨੌਕਰੀ ਐ ਸਮਝ ਲਓ ਕਿ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਵਰਗੀ ਨੌਕਰੀ ਇਹ ਹੈਗੀ ਹੈ ਲੋਕਾਂ ਦੇ ਸੁਪਨੇ ਜ਼ਰੂਰ ਇੰਜ ਹੈਗੇ ਹਾਂਜੀ ਪ੍ਰੋਫੈਸਰ ਸਾਹਿਬ ਅਖੀਰ ਦੇ ਵਿੱਚ ਗੱਲ ਇਹ ਆ ਕਿ बीआईपी कल्चर ਜਿਹਦਾ ਇਹ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਚਰਚਾ ਹੁੰਦੀ ਰਹੀ ਕਿ ਆਮ ਆਦਮੀ ਪਾਰਟੀ ਜੀ ਆਮ ਲੋਕਾਂ ਦੀ ਪਾਰਟੀ ਆ ਲੋਕਾਂ ਚ ਰਹਿਣਾ ਜਿਵੇਂ ਕੇਜਰੀਵਾਲ ਸਾਹਿਬ ਪਹਿਲਾਂ ਵੈਗਨਰ ਗੱਡੀ ਸੀ ਹੁਣ ਤਾਂ ਕਹਿੰਦੇ ਉਦੋਂ ਵੀ ਉੱਪਰ ਦੀਆਂ ਕੰਡੀਆਂ ਨੇ ਸਿਕਿਉਰਟੀ ਵੀ ਫੁੱਲ ਬਟਾ ਫੋਲਾ ਤੇ ਇਧਰ ਪੰਜਾਬ ਦੇ ਵਿੱਚ ਵੀ ਹੈ ਮੁੱਖ ਮੰਤਰੀ ਸਾਹਿਬ ਨੂੰ ਵੀ ਉਹਨਾਂ ਦੇ ਪਰਿਵਾਰ ਨੂੰ ਵੀ ਜਾਂ ਮੰਤਰੀਆਂ ਦੇ ਪਰਿਵਾਰਾਂ ਨੂੰ ਜਾਂ ਉਹਨਾਂ ਦੇ ਕਹਿੰਦੇ ਕੁੱਤਿਆਂ ਨੂੰ ਵੀ ਸਿਕਿਉਰਟੀਆਂ ਮਿਲ ਰਹੀਆਂ ਨੇ ਮਤਲਬ ਇਹ ਖਬਰਾਂ ਸਾਹਮਣੇ ਆ ਰਹੀਆਂ ਇਸੇ ਕਰਕੇ ਸੁਖਵੀਰ ਬਾਦਲ ਹੋਣੀ ਵੀ ਉਧਰ ਜਾ ਕੇ ਰਾਜਪਾਲ ਸਾਹਿਬ ਨੂੰ ਮਿਲ ਕੇ ਆਏ ਕਹਿੰਦੇ ਜੀ ਇਹਨਾਂ ਨੂੰ ਸਰਕਾਰ ਨਹੀਂ ਚਲਾਉਣੀ ਆਉਂਦੀ ਇਹ ਸਰਕਾਰ ਬਰਖਾਸਤ ਕਰ ਦਿਓ ਤੇ ਸਵਾਲ ਲੋਕ ਵੀ ਪੁੱਛਦੇ ਨੇ ਕਿ ਆਮ ਆਦਮੀ ਨੇ ਆਮ ਲੋਕਾਂ ਵਿੱਚੋਂ ਨਿਕਲੇ ਨੇ ਖਤਰਾ ਕਿਹਦੇ ਤੋਂ ਹੈ ਨਾ ਪਹਿਲਾਂ ਕੋਈ ਕਪੜਾ ਕੀਤਾ ਤੇ ਨਾ ਅਗੋਂ ਕਰਨਾ ਇਹਨਾਂ ਨੇ ਤੇ ਫਿਰ ਆਮ ਲੋਕਾਂ ਚ ਆਮ ਲੋਕਾਂ ਵਾਂਗੂ ਵਿਚਰਨ ਐਡੀ ਐਡੀ ਸਿਕਿਉਰਿਟੀ ਲੈਣ ਦੀ ਲੋੜ ਕੀ ਹੈ ਤੇ ਤੁਹਾਡੀਆਂ ਗੱਲਾਂ ਠੀਕ ਆ ਮਤਲਬ ਇਹਨਾਂ ਨੇ ਪ੍ਰਚਾਰ ਆ ਵੀ ਬਹੁਤ ਸੀ ਲਾਲ ਬੱਤੀਆਂ ਨਹੀਂ ਹੋਣਗੀਆਂ ਆ ਨਹੀਂ ਕਰਾਂਗੇ ਕੋਈ ਵਾਧੂ ਪੁਲਿਸ ਨਹੀਂ ਰੱਖਾਂਗੇ ਪੁਲਿਸ ਜਿਹੜੀ ਵਾਧੂ ਆ ਉਹ ਫालतू ਅਸੀਂ ਦੁਬਾਰਾ ਮਹਿਕਮਿਆਂ ਚ ਠਾਣਿਆਂ ਚ ਬੁਲਾ ਲਾਂਗੇ ਗੱਲਾਂ ਬਾਤਾਂ ਤੇ ਬਹੁਤ ਚੱਲੀਆਂ ਆ ਪਰ ਆ ਗੱਲਾਂ ਤੁਸੀਂ ਜਿਹੜੀ ਕਹਿੰਨੀ ਆ ਸਰਕਾਰੀ ਤੇ ਜਿਹਦੇ ਇਨਫਰਾਸਟ੍ਰਕਚਰ ਆ ਉਹਦਾ ਬਾਤ ਤੋਂ ਵਾਧੂ ਨਜਾਇਜ਼ ਫਾਇਦਾ ਠਾਉਣਾ ਜਿਵੇਂ ਇਹ ਗੱਲ ਚੱਲੀ ਸੀ ਮੈਨੂੰ ਹੁਣ ਮੇਰੇ ਕੋਲ ਵੈਰੀਫਾਈਡ ਫੈਕਟ ਨਹੀਂ ਆ ਪਰ ਇਹ ਗੱਲ ਅਖਬਾਰਾਂ ਚ ਆਈ ਆ ਕਿ ਏ ਸੀਐਮ ਸਾਹਿਬ ਨੇ ਚਾਰ ਕੋਠੀਆਂ ਆਪਣੇ ਕੋ ਰੱਖੀਆਂ ਹੋਈਆਂ ਤੇ ਐਸੀ ਮਜ਼ਾਕ ਚ ਹੀ ਹੋਈ ਕਹਿ ਰਹੇ ਸੀ ਵੀ ਬਾਦੂ ਨਹੀਂ ਆ ਇੱਕ ਤੇ ਕੇਜਰੀਵਾਲ ਆ ਕੇ ਰਿਹਾ ਕਰੂਗਾ ਇੱਕ ਚ ਉਹ ਕੀ ਨਾ ਆਇਆ ਮੁੰਡੇ ਦਾ ਜਿਹੜਾ ਇੱਥੇ ਰਾਗਵ ਚੱਡਾ ਹਾਂ ਰਾਗਵ ਚੱਡਾ ਐਮਪੀ ਸਾਹਿਬ ਜਿਹੜੇ ਨਵੇਂ-ਨਵੇਂ ਬਣੇ ਨੇ ਸੌਚੋ ਕੁਲੀ ਉਹਨਾਂ ਨੇ ਉਹ ਆ ਕੇ ਰਹਿਣਗੇ ਇੱਕ ਅੱਧਾ ਕੋਈ ਹੋਰ ਉਹਨਾਂ ਦਾ ਗੈਸਟ ਹੋਇਆ ਕਰੂਗਾ ਵੀ ਉਹ ਸਰਕਾਰ ਮਿਲੀ ਜੁਲੀ ਚਲਾਉਣੀ ਆ ਸਮਝੌਤਾ ਜੂ ਹੋ ਗਿਆ ਇਸ ਕਰਕੇ ਕੋਠੀਆਂ ਚਾਰ ਜ਼ਿਆਦਾ ਨਹੀਂ ਹੈਗੀਆਂ ਕੁਝ ਬੰਦੇ ਆਇਆ ਕਰਨਗੇ ਕੁਝ ਜਾਇਆ ਕਰਨਗੇ ਇਨ ਲਈ ਵੀ ਉੱਥੇ ਇੱਕ ਦੋ ਕੋਠੀਆਂ ਕੇਜਰੀਵਾਲ ਦਿੱਲੀ ਚ ਰੱਖੂਗਾ ਕਿਉਂਕਿ ਇਹਨਾਂ ਨੇ ਵੀ ਕਦੀ ਕਦੀ ਉੱਥੋਂ ਸਿੱਖਿਆ ਲੈਣ ਲਈ ਜਾਣਾ ਹੋਊਗਾ ਇਹ ਗੱਲਾਂ ਵੀ ਠੀਕ ਹੈ ਕਿ ਜਿਤਨਾ ਪੁਲਿਸ ਦੀ ਦੁਰਵਰਤੋਂ ਮਤਲਬ ਬਹੁਤ ਸਾਰੇ ਬੰਦੇ ਸਾਡੇ ਇਧਰ ਉਧਰ ਕਈ ਤੇ ਗਲਤ ਚਿੱਠੀਆਂ ਆਪਣੇ ਆਪ ਹੀ ਲਿਖ ਕੇ ਆ ਪਿੱਛੇ ਜੇ ਖਬਰੇ ਵੀ ਆਈ ਸੀ ਕਿ ਕਿਸੇ ਛੇਵਸੈਨਾ ਦੇ ਬੰਦੇ ਨੇ ਆਪਣੇ ਵਿਰੁੱਧ ਆਪ ਹੀ ਚਿੱਠੀ ਲਿਖ ਕੇ ਤੇ ਮਗਰੋਂ ਸਿਕਿਉਰਿਟੀ ਲਈ ਹੋਈ ਸੀ ਮੈਂ ਕਿਹਾ ਇਹੋ ਜਿਹੇ ਬੰਦੇ ਨੂੰ ਤੇ ਜੇਲ੍ਹ ਭੇਜਣਾ ਚਾਹੀਦਾ ਕਿ ਤੋਂ ਕੱਲਾ ਹੀ ਨਹੀਂ ਐ ਵੀ ਉਹਨੂੰ ਸਿਕਿਉਰਟੀ ਉਹਦੀ ਲੈ ਲੋ ਜਾਂ ਨਾ ਦੋ ਉਸ ਬੰਦੇ ਨੂੰ ਜੇਲ੍ਹ ਚ ਜਾਣਾ ਚਾਹੀਦਾ ਕਰਦੇ ਨਹੀਂ ਐਂ ਜਿਵੇਂ ਐਸੀ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਇਹੋ ਜਿਹੇ ਹੱਤਾਂ ਜਾਣ ਹੁਣ ਆ ਜਿਹੜੀ ਗੱਲ ਕਹਿੰਦੇ ਆ ਉਹ ਵੀਡੀਓ ਤੇ ਹੋ ਰਹੀ ਆ ਹੁਣ ਪਤਾ ਨਹੀਂ ਤੇ ਮੀਤ ਇਹਰ ਦੇ ਨਾਂ ਲੈ ਕੇ ਕਿ ਐ ਇੱਥੇ ਸਾਡੇ ਮਿਨਿਸਟਰ ਸਾਹਿਬਾਨ ਆ ਤੇ ਉਹ ਗਵਾਂਢੀ ਬੜੇ ਤਾਂਗਿਆ ਕੋਈ ਕੁੱਤਾ ਕੁੱਤਾ ਸੂਤਰ ਨਹੀਂ ਆਉਂਦਾ ਕੁੱਤੇ ਨਾਲ ਜਿਹੜਾ ਪਿਆਰ ਹੁੰਦਾ ਨਾ ਉਹ ਤੇ ਬੱਚਿਆਂ ਵਾਂਗ ਹੁੰਦਾ ਜਿਨ੍ਹਾਂ ਨੇ ਰੱਖਿਆ ਉਹਨਾਂ ਨੂੰ ਹੀ ਪਤਾ ਉਹ ਹੋਰ ਕਿਸੇ ਨੂੰ ਘਰਦਿਆਂ ਨੂੰ ਕਿਸੇ ਨੂੰ ਥੱਪੜ ਡੰਡਾ ਮਾਰਿਆ ਜਾ ਸਕਦਾ ਕੁੱਤੇ ਦਾ ਜਿਹੜਾ ਪਿਆਰ ਆ ਉਹਨੂੰ ਨਹੀਂ ਬੰਦਾ ਕੁਝ ਕਰ ਸਕਦਾ ਤੇ ਉਹਦੇ ਲਈ ਫਿਰ ਹੁਣ ਕੀਤਾ ਕੀ ਜਾਵੇ ਕੁੱਤੇ ਨੂੰ ਰੁੱਸਣ ਨਹੀਂ ਦੇਣਾ ਦੁੱਖ ਨਹੀਂ ਦੇਣਾ ਉਹਨੂੰ ਰੱਖਣਾ ਜਿਦ ਤਰਾ ਫੁੱਲਾਂ ਦੀ ਸੇਜ ਵਿਛਾ ਕੇ ਰੱਖੀਦੀ ਹੈ ਤੇ ਉਹਦੀ ਸਰਦਾਰੀ ਚਾਹੀਦੀ ਕੁੱਤੇ ਦੀ ਫਿਰ ਉਸ ਨੂੰ ਕਹਿੰਦੇ ਕਿ ਕਾਫੀ ਪੁਲਿਸ ਵਾਲੇ ਉੱਥੇ ਲਾਏ ਆ ਵੀ ਆਂਡ ਗਵਾਂਡ ਚ ਕਿਤੇ ਕੁੱਤਾ ਆਪਣੀ ਸਰਦਾਰੀ ਪੈਰ ਨਾ ਜ਼ਿਆਦਾ ਫਲਾਏ ਉਹ ਰੱਖਿਓ ਯਾਰ ਇਹ ਲੋਕਾਂ ਨੇ ਤਗਲੀਬ ਤੇ ਹੈਗੀ ਐ ਇਸ ਗੱਲ ਤੇ ਉੱਤੇ ਲੋਕਾਂ ਦੀ ਸ਼ਿਕਾਇਤ ਵੀ ਹੈ ਤਾਂ ਹੀ ਵੀਡੀਓ ਪਈ ਪਰ ਮੈਨੂੰ ਥੋੜੀ ਜੀ ਹੈਰਾਨੀ ਇਸ ਗੱਲ ਦੀ ਹੋਈ ਜਿਹੜੀ ਕਿ ਸਾਫ਼-ਸਾਫ਼ ਇੱਕ ਹੋਰ ਵੀਡੀਓ 'ਚ ਨਜ਼ਰ ਆਉਂਦੀ ਆ ਕਿ ਭਗਵੰਤ ਮਾਨ ਸਾਹਿਬ ਚੀਫ ਮਿਨਿਸਟਰ ਸਾਹਿਬ ਉਹਨਾਂ ਦੀ ਭੈਣ ਨਤਮਸਤਕ ਹੁਣ ਗੋਲਡਨ ਟੈਂਪਲ ਗੁਰਦੁਆਰਾ ਸਾਹਿਬ 'ਚ ਕਿਤੇ ਵੀ ਜਾ ਰਹੇ ਆ ਤਿਕ ਰਿਆ ਜਿਹੜਾ ਉਹਨਾਂ ਦੇ ਨਾਲ ਦੋ ਜਿਪਸੀਆਂ ਪੰਜ-ਸੱਤ ਬੰਦੇ ਪੁਲਿਸ ਦੇ ਅੱਗੇ ਪਿੱਛੇ ਉਹਨਾਂ ਨੂੰ ਸਕਾਟ ਕਰ ਰਹੇ ਆ ਕਹਿੰਦੇ ਇੱਕ ਸਰਕਾਰੀ ਗੱਡੀ ਨਵਾ ਵੀ ਨਾਲ ਦਿੱਤੀ ਹੋਈ ਹੈ ਤੇ ਫਿਰ ਫਿਰ ਜਗੀਰੂ ਕਾਮੀ ਹੋ ਗਿਆ ਤੁਹਾਡੇ ਲਈ ਕੁਝ ਹੋਰ ਸਾਡੇ ਲਈ ਕੁਝ ਹੋਰ ਤੇ ਆਪਣੇ ਲਈ ਕੁਝ ਹੋਰ ਜੇ ਗੱਲਾਂ ਸੱਚੀਆਂ ਹੈ ਜਿਵੇਂ ਚੱਲ ਰਹੀਆਂ ਆ ਸੋਸ਼ਲ ਮੀਡੀਆ ਤੇ ਵੀ ਚੱਲ ਰਹੀਆਂ ਤੇ ਅਖਬਾਰਾਂ ਚ ਵੀ ਆ ਰਹੀਆਂ ਫਿਰ ਇਹਦੇ ਤੇ ਜੇ ਰੁਕ ਵੇਲੇ ਸਿਰ ਲਾ ਲਈ ਜਾਏ ਤੇ ਵਾਕਿਆ ਹੀ ਆਮ ਘਰ ਵਿੱਚੋਂ ਆਮ ਆਦਮੀਆਂ ਦਾ ਆਮ ਚੀਫ ਮਨਿਸਟਰ ਤੇ ਆਮ ਲੋਕਾਂ ਦੀ ਸਰਕਾਰ ਨਜ਼ਰ ਆਵੇ ਵੀ ਆਈਪੀ ਨਾ ਨਜ਼ਰ ਆਵੇ ਤਾਂ ਉਹ ਜ਼ਿਆਦਾ ਸੋਹਰਦ ਤੇ ਜ਼ਿਆਦਾ ਚੰਗਾ ਲੱਗੂਗਾ ਪੰਜਾਬੀਆਂ ਨੂੰ ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਗਿੰਦਰ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਮੇਰੇ ਨਾਲ ਮੌਜੂਦ ਸਨ ਰੁਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਵੱਡੀਆਂ ਖਬਰਾਂ ਉੱਤੇ ਚਰਚਾ ਕੀਤੀ ਹੈ ਜਿਵੇਂ ਲੋਕ ਕਹਿੰਦੇ ਨੇ ਕਿ ਸਰਕਾਰ ਦਾ ਕ੍ਰਿਟਿਸਿਜ਼ਮ ਜਿਹੜਾ ਆ ਉਹ ਕਿਸੇ ਹੱਦ ਤੱਕ ਕਰਨਾ ਚਾਹੀਦਾ ਪਰ ਜਦੋਂ ਛੋਟੀਆਂ-ਛੋਟੀਆਂ ਖਬਰਾਂ ਵੀ ਵੱਡੀਆਂ ਬਣ ਜਾਂਦੀ ਹੈ ਤਾਂ ਫਿਰ ਸਵਾਲ ਉੱਠਣੇ ਲਾਜ਼ਮੀ ਨੇ ਆਮ ਲੋਕਾਂ ਦੀ ਆਵਾਜ਼ ਬਣ ਕੇ ਜੇ ਮੀਡੀਆ ਚੱਲਦਾ ਤਾਂ ਹੀ ਆਮ ਲੋਕਾਂ ਦੇ ਵਿੱਚ ਜਿਹੜਾ ਲੋਕਾਂ ਦੇ ਵਿੱਚ ਪ੍ਰੋਸੋਜਗਤਾ ਬਣਦੀ ਹੈ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਤਾਕਤ ਪੰਜਾਬ ਨੂੰ ਸਬਸਕ੍ਰਾਈਬ ਕਰੋ ਮੈਨੂੰ ਇਜਾਜ਼ਤ ਦਿਓ شكراً <applause>